ਸਤਨਾਮ ਵਾਹਿਗੁਰੂ ਸਾਹਿਬ ਜੀਓ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ ਗਰੀਬ ਨਵਾਜ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਭਾਗਸ਼ਾਲੀ ਹੋ, ਸਤਿਗੁਰਾਂ ਦੀ ਚਰਨ ਸ਼ਰਨ ਅੰਦਰ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਅਮੋਲਕ ਮਨੁੱਖੀ ਜੀਵਨ ਨੂੰ ਸਫਲ ਕਰ ਰਹੇ ਹੋ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਕਈ ਸਾਲਾਂ ਦੇ ਤਜਰਬੇ ਕਰਕੇ ਪਰਮਾਤਮਾ ਦੀ ਬੰਦਗੀ ਵਿੱਚ ਜੋ ਕੁਝ ਪ੍ਰਾਪਤ ਕੀਤਾ, ਵੇਖਿਆ, ਹੰਡਾਇਆ, ਉਹਨੂੰ ਫਿਰ ਸ਼ਬਦਾਂ ਵਿੱਚ ਪਰੋ ਕੇ ਸਾਡੇ ਸਾਹਮਣੇ ਲਿਆਂਦਾ ਤਾਂ ਕਿ ਜੀਵਨ ਨੂੰ ਜਿਉਣ ਦੀ ਜੁਗਤ ਸਮਝ ਵਿੱਚ ਆ ਸਕੇ। ਸਤਿਗੁਰਾਂ ਦੇ ਸਲੋਕ ਹਨ। ਅੱਜ ਆਪਾਂ 5 ਔਰ 6 ਨੰਬਰ ਦੋ ਸਲੋਕ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਨੇ ਬਚਨ ਕੀਤੇ ਕਿ ਮਨੁੱਖ ਇਸ ਧਰਤੀ 'ਤੇ ਆ ਕੇ ਸੰਸਾਰ ਦੀ ਸੰਪੱਤੀ ਨੂੰ ਆਪਣੀ ਸਮਝ ਲੈਂਦਾ ਹੈ। ਜਦੋਂ ਇੱਥੇ ਅਸੀਂ ਨਹੀਂ ਸੀ ਆਏ ਉਦੋਂ ਵੀ ਇਹ ਧਨ, ਇਹ ਸੰਪੱਤੀ, ਇਹ ਜ਼ਮੀਨ ਜਾਇਦਾਦ ਸਾਰਾ ਕੁਝ ਇੱਥੇ ਹੀ ਪਹਿਲਾਂ ਹੀ ਸਾਡੇ ਆਉਣ ਤੋਂ ਪਹਿਲਾਂ ਹੀ ਮੌਜੂਦ ਸੀ। ਇਹਨੂੰ ਕਿਸੇ ਨੇ ਬਣਾਇਆ ਹੀ ਨਹੀਂ। ਅਸੀਂ ਕਈ ਵਾਰੀ ਇਹ ਸ਼ਬਦ ਵਰਤਨੇ ਹਾਂ ਭੁਲੇਖੇ ਵਿੱਚ, ਫਲਾਣੇ ਆਦਮੀ ਨੇ ਬੜੀ ਸੰਪੱਤੀ ਬਣਾਈ ਹੈ, ਬੜਾ ਧਨ ਇਕੱਠਾ ਕੀਤਾ, ਬੜੀ ਜਾਇਦਾਦ ਬਣਾਈ ਹੈ, ਪਰ ਇੱਕ ਭੁਲੇਖੇ ਭਰੇ ਸ਼ਬਦ ਨੇ ਬਣਾਇਆ ਕੀ? ਇਹ ਤਾਂ ਪਹਿਲਾਂ ਹੀ ਇੱਥੇ ਹੈ ਸੀ, ਬਣਾਉਣਾ ਕਿਸ ਨੂੰ ਹੈ? ਬਣਾਈ ਦੀ ਤਾਂ ਉਹ ਚੀਜ਼ ਜਿਹੜੀ ਪਹਿਲਾਂ ਨਹੀਂ ਸੀ ਅਤੇ ਬੰਦੇ ਨੇ ਖੁਦ ਉਹਦਾ ਨਿਰਮਾਣ ਕੀਤਾ। ਕੁਝ ਵੀ ਕਿਸੇ ਨੇ ਬਣਾਇਆ ਨਹੀਂ, ਬਸ ਇੱਕ ਐਸੀ ਚੀਜ਼ ਹੈ, ਇੱਕ ਜਾਂਦਾ ਅਤੇ ਦੂਜੇ ਦੀ ਬਣ ਜਾਂਦਾ ਧਨ, ਦੂਸਰਾ ਜਾਂਦਾ ਅਤੇ ਤੀਸਰੇ ਦੀ ਬਣ ਜਾਂਦੀ ਹੈ ਮਾਇਆ, ਤੀਸਰਾ ਜਾਂਦਾ ਅਤੇ ਚੌਥੇ ਦੀ, ਅੱਗੇ ਬਦਲਦੀ ਜਾਂਦੀ ਥਾਂ। ਨਾ ਇਹ ਕਦੀ ਕਿਸੇ ਨੇ ਬਣਾਈ ਹੈ, ਵਧਾਈ ਹੈ, ਨਾ ਕੋਈ ਇਹਨੂੰ ਘਟਾ ਸਕਦਾ। ਬਸ ਇਹ
ਇੱਕ ਭੁਲੇਖਾ ਐਸਾ ਭਰਮ ਪੈਂਦਾ ਹੈ, ਜਨਮ ਲੈਂਦਿਆਂ ਸਾਰ ਬੰਦੇ ਵਿੱਚ ਇੱਕ ਮਮਤਾ ਦੀ ਲਹਿਰ ਪੈਂਦੀ ਅਤੇ ਮਮਤਾ ਦੀ ਲਹਿਰ ਜਿਹੜੀ ਉਹਦੇ ਅਨੁਸਾਰ ਇਹਦਾ ਅੰਦਰਲਾ ਹਿੱਸਾ ਜਿਹੜਾ ਵਿਵੇਕ ਬੁੱਧੀ ਸੌਂ ਜਾਂਦੀ ਹੈ, ਬੇਹੋਸ਼ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਇੱਕ ਗੱਲ ਕਹਿੰਦੇ ਨੇ, ਜਦੋਂ ਇਹ ਸ਼ਬਦ ਕਿਹਾ ਅਤੇ ਜਾਗਦੇ ਬੰਦੇ ਨਾਲ ਗੱਲ ਕੀਤੀ ਉਹਨੂੰ ਫਿਰ ਕਹਿੰਦੇ ਨੇ ਜਾਗ। ਬੜੀ ਅਨੋਖੀ ਗੱਲ ਇੱਕ ਸ਼ਬਦ ਵਿੱਚ, ਗੁਰਬਾਣੀ ਦਾ ਹੀ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸਲੋਕਾਂ ਵਿੱਚ, ਇੱਕ 59 ਸ਼ਬਦਾਂ ਵਿੱਚ ਇੱਕ ਸ਼ਬਦ ਆਉਂਦਾ ਹੈ, ਉਹਦੇ ਵਿੱਚ ਸਾਹਿਬ ਕਹਿੰਦੇ ਨੇ ਕਿ ਤੂੰ ਜਾਗ, ਤੂੰ ਸੁੱਤਾ ਪਿਆ। ਅਤੇ ਮਹਾਰਾਜ ਸੁੱਤੇ ਪਏ ਨੂੰ ਤਾਂ ਸ਼ਬਦ ਹੀ ਕੋਈ ਨਹੀਂ ਸੁਣੀ, ਅਤੇ ਕਿਹਨੂੰ ਕਹਿ ਰਹੇ ਹੋ? ਜਿਹੜਾ ਬੰਦਾ ਸੌਂ ਗਿਆ, ਨੀਂਦ ਵਿੱਚ ਚਲਾ ਗਿਆ, ਉਹਨੂੰ ਤੁਸੀਂ ਆਵਾਜ਼ ਦਿਓ, ਜਿੰਨਾ ਚਿਰ ਸੁੱਤਾ ਹੈ ਉਹਦੇ 'ਤੇ ਕੰਨਾਂ ਤੱਕ ਸ਼ਬਦ ਹੀ ਕੋਈ ਨਹੀਂ ਜਾਂਦਾ, ਫਿਰ ਤੁਸੀਂ ਕਿਹਨੂੰ ਕਹਿ ਰਹੇ ਹੋ ਵੀ ਜਾਗ? ਇਹ ਤਾਂ ਪਹਿਲਾਂ ਹੀ ਜਾਗਿਆ ਹੋਇਆ। ਸਾਹਿਬ ਦੇ ਬਚਨ ਨੇ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਇਹ ਜਾਗਦੇ ਬੰਦੇ ਨੂੰ ਕਹੇ, ਜਦੋਂ ਪੁੱਛੀਏ ਸਤਿਗੁਰੂ ਜਾਗਦੇ ਬੰਦੇ ਨੂੰ ਹੋਰ ਜਗਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਜਾਗੇ ਹੀ ਹੋਇਆ, ਹੋਰ ਕੀ ਜਾਗੇ? ਸਾਹਿਬ ਕਹਿਣਗੇ ਭਾਈ ਸਰੀਰ ਕਰਕੇ ਜਾਗਿਆ, ਸੰਸਾਰ ਵਾਸਤੇ ਜ਼ਰੂਰ ਜਾਗਿਆ ਕੋਈ ਸ਼ੱਕ ਨਹੀਂ, ਧਨ ਵਾਸਤੇ ਜਾਗਿਆ, ਜ਼ਮੀਨ ਵਾਸਤੇ ਜਾਗਦਾ ਪਿਆ, ਖਾਣ ਪੀਣ ਵਾਸਤੇ ਜਾਗਦਾ ਪਿਆ, ਇਹਨਾਂ ਚੀਜ਼ਾਂ ਲਈ ਤਾਂ ਜਾਗਿਆ, ਰੱਬ ਵਾਸਤੇ ਕੋਈ ਨਹੀਂ ਜਾਗਿਆ, ਉਹਦੇ ਵਾਸਤੇ ਸੁੱਤਾ ਪਿਆ। ਜਿਹੜੀ ਚੀਜ਼ ਦਾ ਬੰਦਾ ਗ੍ਰਾਹਕ ਨਹੀਂ, ਸਾਧ ਸੰਗਤ ਉਹਦੇ ਸਾਹਮਣੇ ਰੱਖੋ, ਉਹਨੂੰ ਉਹਦੇ ਵਾਸਤੇ ਕੋਈ ਨਹੀਂ ਜਾਗਦਾ, ਸੁੱਤਾ ਹੀ ਹੋਇਆ। ਜਿਹੜਾ ਕਿੱਤਾ ਮਨੁੱਖ ਕਰਦਾ, ਜਿਹੜਾ ਕੰਮ ਮਨੁੱਖ ਕਰਦਾ, ਕਦੀ ਵੇਖਣਾ ਇੱਕ ਬੰਦਾ ਪਸ਼ੂਆਂ ਦਾ ਵਪਾਰੀ ਏ, ਅਤੇ ਉਹ ਜਦੋਂ ਕਿਤੇ ਰਾਹ 'ਤੇ ਲੰਘੇਗਾ ਤਾਂ ਪਸ਼ੂਆਂ ਵੱਲ ਉਹਦੀ ਨਜ਼ਰ ਜਾਏਗੀ, ਝੱਟ ਕਹੇਗਾ ਇਹ ਇਸ ਨਸਲ ਦਾ ਮੁਰਾ ਨਸਲ ਦਾ ਪਸ਼ੂ ਏ, ਇਹ ਫਲਾਣੀ ਨਸਲ ਦਾ। ਉਹਦੇ ਕੋਲੋਂ ਗੱਡੀਆਂ ਲੰਘ ਜਾਣ, ਉਹਦੇ ਬਾਰੇ ਕੁਝ ਨਹੀਂ ਕਹੇਗਾ। ਉਹਦੇ ਕੋਲੋਂ ਉਹਨੂੰ ਸੋਨੇ ਦੀ ਦੁਕਾਨ 'ਤੇ ਲੈ ਜਾਓ, ਬਸ ਬੈਥੋਂ ਨੋ ਕੇ ਬੈਠਾ ਰਹੇਗਾ। ਉਹ ਕਿਹਦੇ ਵਾਸਤੇ ਜਾਗਿਆ? ਪਸ਼ੂਆਂ ਵਾਸਤੇ ਜਾਗਿਆ, ਜਿਹਦੇ ਵਾਸਤੇ ਉਹਦੇ ਉਹ ਕੰਮ ਕਰ ਰਿਹਾ ਉਹਦੇ ਵਾਸਤੇ ਜਾਗਦਾ, ਸੋਨੇ ਵਾਸਤੇ ਸੁੱਤਾ ਹੋਇਆ। ਇੱਕ ਸੋਨੇ ਦੇ ਵਪਾਰੀ ਨੂੰ ਜ਼ਮੀਨ 'ਤੇ ਲੈ ਜਾਓ, ਉਹ ਜ਼ਮੀਨ ਵਾਸਤੇ ਸੁੱਤਿਆ, ਉਹਨੂੰ ਕੋਈ ਪਤਾ ਨਹੀਂ ਇਹ ਝੋਨਾ ਬੀਜਿਆ ਕਿ ਕਣਕ ਬੀਜੀ ਹੈ, ਉਹਦੇ ਵਾਸਤੇ ਸੁੱਤਾ ਹੋਇਆ। ਸਾਧ ਸੰਗਤ ਉਹ ਤਾਂ ਬੜੀ ਦੂਰ ਦੀ ਗੱਲ ਹੈ, ਆਪਾਂ ਗੁਰੂ ਘਰ ਆਉਂਦੇ ਹਾਂ, ਗੁਰੂ ਕੋਲ ਆਉਂਦੇ ਹਾਂ, ਇੱਥੇ ਵੇਖੋ ਕਿੰਨੀਆਂ ਚੀਜ਼ਾਂ ਨੇ। ਜਿਹੜਾ ਬੰਦਾ ਕੱਪੜੇ ਦੀ ਦੁਕਾਨ ਕਰਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਨੂੰ ਘੱਟ ਵੇਖੇਗਾ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਏ ਹੋਏ ਰੁਮਾਲਿਆਂ ਬਾਰੇ ਜ਼ਿਆਦਾ ਵੇਖੇਗਾ, ਕਿਉਂਕਿ ਉਹਦਾ ਉਹਦੀ ਸੁਰਤੀ ਉਹਦੇ ਨਾਲ ਜੁੜੀ ਹੋਈ। ਕੰਮ ਕਰਦਾ ਹੈ, ਜਿਹੜਾ ਇੱਕ ਬਿਜਲੀ ਦਾ ਕੰਮ ਕਰਦਾ ਉਹ ਤਾਰਾਂ ਵੱਲ ਧਿਆਨ ਜਾਏਗਾ। ਜੋ ਅਸੀਂ ਕੰਮ ਕਰਨੇ ਹਾਂ ਉਹਦੇ ਪ੍ਰਤੀ ਜਾਗਨੇ ਹਾਂ, ਜਿਹੜਾ ਕੰਮ ਅਸੀਂ ਨਹੀਂ ਕਰਦੇ ਉਹ ਭਾਵੇਂ ਸਾਹਮਣੇ ਵੀ ਰਹੇ ਉਹਦੇ ਬਾਰੇ ਸੁੱਤੇ ਰਹਿੰਦੇ ਹਾਂ। ਬਿਲਕੁਲ ਉਹਦੇ ਬਾਰੇ ਸਾਨੂੰ ਨੀਂਦ ਆਈ ਰਹਿੰਦੀ ਹੈ, ਇਸ ਕਰਕੇ ਗੁਰਬਾਣੀ ਚੱਲਦੀ ਰਹਿੰਦੀ ਹੈ, ਕੀਰਤਨ ਚੱਲਦਾ ਰਹਿੰਦਾ ਹੈ, ਵਿਚਾਰ ਚੱਲਦੀ ਰਹਿੰਦੀ ਹੈ, ਆਪਾਂ ਉਹਦੇ ਬਾਰੇ ਜਾਗੇ ਨਹੀਂ ਸੁੱਤੇ ਪਏ ਹਾਂ, ਇਸ ਕਰਕੇ ਕੋਈ ਪਤਾ ਨਹੀਂ ਇਹਦੇ ਵਿੱਚ ਕੀ। ਸਿੱਖ ਤਾਂ ਉਹਨੂੰ ਕਿਹਾ ਨਾ, ਸਿੱਖ ਤਾਂ ਉਹਨੂੰ ਕਹੀਏ ਜਿਹਦੇ ਵਿੱਚ ਸੁਰਤ ਹੈ, ਕਿਉਂਕਿ ਸਿੱਖ ਦਾ ਗੁਰੂ ਸ਼ਬਦ ਹੈ ਅਤੇ ਸ਼ਬਦ ਨੂੰ ਸਮਝਣ ਵਾਸਤੇ ਤਾਂ ਸੁਰਤ ਕੰਮ ਕਰੇਗੀ। ਹੱਥ ਨੇ ਥੋੜ੍ਹੀ ਸ਼ਬਦ ਨੂੰ ਸਮਝਣਾ, ਹੱਥ ਥੋੜ੍ਹੀ ਸ਼ਬਦ ਨੂੰ ਛੂਏਗਾ, ਕੋਈ ਚੀਜ਼ ਉਹਨੂੰ ਨਹੀਂ ਛੂ ਸਕਦੀ। ਸਾਧ ਸੰਗਤ ਧਿਆਨ ਦਿਓ, ਜੇ ਪ੍ਰਸ਼ਾਦਾ ਛਕਣਾ ਤਾਂ ਕੰਨਾਂ ਵਿੱਚ ਪਾਓ, ਕੰਨ ਉਹਦਾ ਕੰਮ ਨਹੀਂ ਕਰਦੇ, ਕੰਨ ਸੁਣਨ ਵਾਸਤੇ ਨੇ, ਪ੍ਰਸ਼ਾਦਾ ਛਕਣ ਵਾਸਤੇ ਮੂੰਹ ਹੈ। ਕੰਨ ਜੇ ਬੰਦ ਨੇ ਤਾਂ ਮੂੰਹ ਸਾਰਾ ਖੁੱਲ੍ਹ ਕੇ ਰੱਖੀਏ, ਸ਼ਬਦ ਕੋਈ ਨਹੀਂ ਅੰਦਰ ਜਾਏਗਾ। ਜਿਹੜੀ ਚੀਜ਼ ਵਾਸਤੇ ਉਹ ਵਸਤੂ ਬਣੀ ਹੈ ਉਹਨੂੰ ਚਲਾਉਣਾ ਹੀ ਪਏਗਾ ਤਾਂ ਉਹ ਕੰਮ ਕਰ ਸਕਾਂਗੇ। ਜੇ ਅਸੀਂ ਬੋਲਣਾ, ਅਸੀਂ ਖਾਣਾ ਤਾਂ ਮੂੰਹ ਕੰਮ ਦੇਵੇਗਾ, ਕੰਨਾਂ ਵਿੱਚ ਗਰਾਹੀਆਂ ਪਾਈਏ ਅੰਦਰ ਨਹੀਂ ਜਾਣਗੀਆਂ।
ਇਹਦੇ ਉਲਟ ਜੇ ਅਸੀਂ ਕੁਝ ਨਾ ਕੁਝ ਸੁਣਨਾ, ਕੰਨਾਂ ਵਿੱਚ ਰੂੰ ਦੇ ਦਈਏ ਅਤੇ ਮੂੰਹ ਖੋਲ੍ਹ ਕੇ ਰੱਖੀਏ, ਮੂੰਹ ਨੇ ਥੋੜ੍ਹੀ ਸੁਣਨਾ, ਉਹ ਤਾਂ ਸੁਣਨ ਦਾ ਇੰਦਰਾ ਹੀ ਨਹੀਂ ਹੈ, ਉਹ ਸੁਣ ਕਿਵੇਂ ਸਕੇਗਾ? ਅੱਖਾਂ ਵੇਖ ਸਕਦੀਆਂ ਨੇ, ਸੁਣ ਨਹੀਂ ਸਕਦੀਆਂ। ਕੰਨ ਕਦੀ ਨਹੀਂ ਵੇਖਣਗੇ, ਅੱਖਾਂ ਸੁਣ ਨਹੀਂ ਸਕਦੀਆਂ। ਆਪਣੇ ਆਪਣੇ ਇੰਦਰੇ ਦੇ ਨਾਲ ਕੰਮ ਕਰੀਦਾ, ਉਹ ਚਾਹੀਦਾ। ਅਤੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿਣ ਲੱਗੇ ਜਿਵੇਂ ਅੱਖਾਂ ਨਾਲ ਬੰਦਾ ਬੋਲਣਾ ਚਾਹੇ, ਮੂੰਹ ਨਾਲ ਬੰਦਾ ਸੁਣਨਾ ਚਾਹੇ ਅਤੇ ਸੁਣਿਆ ਨਹੀਂ ਜਾਂਦਾ, ਕੰਨਾਂ ਨਾਲ ਖਾਣਾ ਚਾਹੇ ਅਤੇ ਖਾਧਾ ਨਹੀਂ ਜਾਂਦਾ, ਇਸੇ ਤਰ੍ਹਾਂ ਭਾਈ ਜੇ ਨਾਮ ਜਪਣਾ ਹੋਵੇ ਤਾਂ ਸੁਰਤ ਤੋਂ ਬਿਨਾਂ ਨਹੀਂ ਜਪਿਆ ਜਾਂਦਾ। ਸੁਰਤ ਤਾਂ ਅੰਦਰ ਹੋਵੇਗੀ, ਉਹ ਹੀ ਕੰਮ ਕਰੇਗੀ ਨਾ। ਧਿਆਨ ਅੰਦਰ ਬੰਦੇ ਦਾ ਮਨ ਜਾਗੇਗਾ ਉਸ ਨਾਮ ਦੇ ਵਿੱਚ। ਇਸੇ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਗਿਆਨ। ਗਿਆਨ ਦੇ ਕੀ ਅਰਥ ਨੇ? ਗਿਆਨ ਦੇ ਇੱਕ ਅਰਥ ਨੇ, ਸ਼ਬਦਾਂ ਦੇ ਅਖਰੀ ਅਰਥ ਸਮਝਣੇ, ਉਹ ਇੱਕ ਗਿਆਨ। ਇੱਕ ਇਹ ਵੀ ਗਿਆਨ ਸ਼ੁਰੂ ਇੱਥੋਂ ਹੁੰਦਾ ਕਿ ਸਾਨੂੰ ਅੱਖਰਾਂ ਦਾ ਪਤਾ ਲੱਗੇ ਇਹ ਕਿਹੜੇ ਕਿਹੜੇ ਅੱਖਰ ਨੇ, ਪਹਿਲਾ ਗਿਆਨ ਗੁਰਬਾਣੀ ਦਾ। ਦੂਸਰਾ ਗਿਆਨ ਇਹਦਾ ਉਚਾਰਨ ਕਿਵੇਂ ਕਰਨਾ, ਦੂਜਾ ਗਿਆਨ ਹੈ। ਫਿਰ ਤੀਜਾ ਗਿਆਨ ਇਹਦੇ ਅਰਥ ਕਿਹੜੇ ਨੇ, ਉਹ ਤੀਜਾ ਗਿਆਨ ਹੈ। ਅਤੇ ਸਾਧ ਸੰਗਤ ਇੱਕ ਅੰਤਿਮ ਗਿਆਨ ਹੈ, ਉਹ ਗਿਆਨ ਹੈ ਗੁਰਬਾਣੀ ਦੀ ਆਉਂਦੀ ਹੋਈ ਆਵਾਜ਼ ਨੂੰ ਕੈਚ ਕਰਨਾ, ਸੁਣਨਾ ਉਹਨੂੰ, ਸਿਰਫ ਉਹਨੂੰ ਸੁਣ ਲੈਣਾ। ਜੇ ਅਸੀਂ ਉਹਨੂੰ ਸੁਣਦੇ ਨਹੀਂ, ਸਮਝਦੇ ਹਾਂ ਇਕੱਲੇ, ਪਰ ਸਮਝਣਾ ਸੁਣਨ ਵਿੱਚ ਸਹਾਇਕ ਹੁੰਦਾ ਹੈ, ਕਿਉਂਕਿ ਬੰਦਾ ਜਿਹੜੀ ਚੀਜ਼ ਨੂੰ ਸਮਝਦਾ ਹੈ ਉਹਨੂੰ ਸੁਣਦਾ ਹੈ, ਉਹਨੂੰ ਚੰਗੀ ਤਰ੍ਹਾਂ ਸੁਣ ਲੈਂਦਾ। ਇਸ ਕਰਕੇ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਤੂੰ ਸੰਸਾਰ ਲਈ ਜਾਗਿਆ, ਸੰਪੱਤੀ ਵਾਸਤੇ ਜਾਗਿਆ, ਰੱਬ ਵਾਸਤੇ ਨਹੀਂ। ਰੱਬ ਵਾਸਤੇ ਜਗਾ, ਤਾਂ ਹੀ ਹਜ਼ੂਰ ਨੇ ਬਚਨ ਕੀਤੇ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਕਿੱਥੇ ਤੂੰ ਗਾਫਲ ਹੋ ਕੇ ਸੌਂ ਗਿਆ? ਸਤਿਗੁਰੂ ਨੇ ਹੋਰ ਬਚਨ ਕੀਤੇ ਬਾਣੀ ਵਿੱਚ, ਸਾਹਿਬ ਕਹਿੰਦੇ ਰੇ ਨਰ ਉਥਾਰੇ ਦੱਬਿਓ ਸੁਤਿਆਂ ਗਈ ਵਿਹਾਏ। ਜਾਗ ਕੇ ਵੀ ਤੂੰ ਜਾਗਿਆ ਨਹੀਂ, ਸੁੱਤਾ ਤੇ ਸੌਂ ਜਾਂਦਾ, ਜਾਗ ਕੇ ਵੀ ਸੁੱਤਾ ਰਹਿੰਦਾ। ਜਾਗ ਉਸ ਰੱਬ ਦੇ ਪ੍ਰਤੀ, ਉਸ ਗੁਰੂ ਦੇ ਪ੍ਰਤੀ। ਜੇ ਤੂੰ ਸੁੱਤਾ ਹੀ ਰਿਹਾ, ਇੰਨੀ ਕੀਮਤੀ ਤੇਰੀ ਜ਼ਿੰਦਗੀ ਨਿਕਲ ਜਾਏਗੀ। ਇਹ ਕੰਮ ਤੇ ਤੇਰੇ ਘਰ ਵਿੱਚ ਬੱਝੇ ਹੋਏ ਪਸ਼ੂ ਵੀ ਕਰ ਲੈਂਦੇ ਨੇ, ਚੰਗਾ ਖਾ ਲੈਣਾ ਅਤੇ ਸਰੀਰ ਦੀ ਤਾਕਤ ਵਧਾ ਲੈਣੀ, ਇਹ ਕੋਈ ਨਾ ਸਮਝੇ ਕੋਈ ਬਹੁਤ ਵੱਡੀ ਚੜ੍ਹਦੀ ਕਲਾ ਕਿ ਚੰਗੀ ਤਾਕਤ, ਸਰੀਰ ਰਿਸ਼ਟ ਪੁਸ਼ਟ, ਤਾਕਤ ਬੜੀ ਹੈ, ਸ਼ਕਤੀ ਬੜੀ ਹੈ। ਚਲੋ ਚੰਗੀ ਗੱਲ ਹੈ, ਸਰੀਰ ਵੀ ਰਿਸ਼ਟ ਪੁਸ਼ਟ ਹੋਣਾ ਚਾਹੀਦਾ, ਸਰੀਰ ਵਿੱਚ ਤਾਕਤ ਵੀ ਹੋਵੇ ਚੰਗੀ ਗੱਲ ਹੈ, ਤੰਦਰੁਸਤ ਵੀ ਹੋਵੇ। ਪਰ ਇਹਨੂੰ ਜੀਵਨ ਕਹਿ ਦੇਣਾ, ਜੀਵਨ ਨਾਲ ਧੋਖਾ ਹੈ। ਸਤ ਸੰਗਤ, ਧਰਮੀ ਬੰਦੇ ਦੀ ਕੀ ਨਿਸ਼ਾਨੀ ਹੈ? ਧਰਮੀ ਬੰਦੇ ਦੀ ਵੇਖੋ, ਸੰਸਾਰੀ ਬਿਰਤੀ ਇੱਕ ਥਾਂ 'ਤੇ ਖਲੋਤੀ ਰਹਿੰਦੀ, ਉਹ ਕੀ ਕਹਿੰਦੀ ਹੈ, ਸਾਡੀ ਇੱਥੋਂ ਤੱਕ ਵਿਚਾਰ ਜਾਂਦੀ ਹੈ। ਜੇ ਧਨ ਵੱਧ ਗਿਆ, ਤੰਦਰੁਸਤੀ ਰਹੀ, ਸਰੀਰ ਵਿੱਚ ਤਾਕਤ ਰਹੀ, ਇੱਜ਼ਤ ਬਣੀ ਰਹੀ ਸੰਸਾਰ ਵਿੱਚ, ਇਹ ਸਾਰਾ ਕੁਝ ਰਿਹਾ, ਅਸੀਂ ਕਹਿੰਦੇ ਹਾਂ ਬਸ ਬੜੀ ਮੌਜ ਬਣੀ ਹੈ, ਜੀਵਨ ਸਫਲ ਹੋ ਗਿਆ। ਇਹ ਸੰਸਾਰੀ ਬੰਦੇ ਦੀ ਨਿਸ਼ਾਨੀ ਹੈ। ਧਰਮੀ ਬੰਦੇ ਦੇ ਵਿਚਾਰ ਕਿਹੜੇ ਨੇ? ਉਹ ਕਹਿੰਦਾ ਵੀ ਇਹ ਦਾਤਾਂ ਰੱਬ ਨੇ ਦਿੱਤੀਆਂ ਨੇ, ਉਹਦੀ ਬੜੀ ਕਿਰਪਾ, ਧਨ ਬਹੁਤ ਆ ਗਿਆ, ਸਰੀਰ ਤੰਦਰੁਸਤ ਹੈ, ਕਿਸੇ ਚੀਜ਼ ਦੀ ਕਮੀ ਨਹੀਂ। ਉਹਨੂੰ ਪੁੱਛੀਏ ਬਸ ਚੜ੍ਹਦੀ ਕਲਾ ਹੋ ਗਈ, ਕਹੇਗਾ ਨਹੀਂ, ਇਹ ਚੜ੍ਹਦੀ ਕਲਾ ਤਾਂ ਹੈ, ਪਰ ਇਸ ਚੜ੍ਹਦੀ ਕਲਾ ਦੀ ਉਮਰ ਬੜੀ ਥੋੜ੍ਹੀ, ਪਤਾ ਨਹੀਂ ਕਿੰਨੇ ਦਿਨ ਰਹਿਣੀ ਹੈ, ਇਹਦਾ ਕੀ ਪਤਾ। ਅਤੇ ਥਾਂ ਬਦਲਣ ਵਾਲੀਆਂ ਚੀਜ਼ਾਂ ਨੇ, ਹੈ ਜ਼ਰੂਰ ਚੜ੍ਹਦੀ ਕਲਾ, ਕੋਈ ਸ਼ੱਕ ਨਹੀਂ। ਜਿਹਦੇ ਕੋਲ ਚਾਰ ਦਾਣੇ ਨੇ, ਚਾਰ ਰੁਪਈਏ ਨੇ, ਚੰਗਾ ਤੁਰ ਸਕਦਾ ਸੰਸਾਰ ਵਿੱਚ, ਸ਼ੱਕ ਕੋਈ ਨਹੀਂ। ਪਰ ਜੇ ਉਹ ਬੰਦਾ ਕਹਿੰਦਾ ਬਸ ਸੰਪੂਰਨ ਹੋ ਗਿਆ, ਬੜਾ ਕੁਝ ਹੈ, ਕੋਈ ਕਮੀ ਨਹੀਂ ਰਹੀ, ਇਹ ਧਰਮੀ ਬੰਦਾ ਨਹੀਂ। ਉਹ ਕਹੇਗਾ ਸੰਸਾਰ ਦਾ ਰੱਬ ਨੇ ਬੜਾ ਕੁਝ ਦੇ ਦਿੱਤਾ, ਸਰੀਰ ਵਾਸਤੇ ਰੱਬ ਨੇ ਬੜਾ ਕੁਝ ਦੇ ਦਿੱਤਾ,
ਪਰ ਮੇਰੇ ਆਪਣੇ ਆਪ ਵਾਸਤੇ ਅਜੇ ਕੁਝ ਨਹੀਂ ਦਿੱਤਾ, ਤੈਨੂੰ ਕੀ ਚਾਹੀਦਾ? ਉਹਦਾ ਜਵਾਬ ਮਿਲੇਗਾ, ਇਹ ਚੀਜ਼ਾਂ ਮੇਰੇ ਸਰੀਰ ਦਾ ਗੁਜ਼ਾਰਾ ਬਣ ਸਕਦੀਆਂ ਨੇ, ਮੇਰੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਲੰਘਾ ਸਕਦੀਆਂ ਨੇ, ਪਰ ਜਿੱਦਣ ਇਹ ਦੇਹ ਛੱਡਣੀ ਪਈ ਜਾਂ ਦੇਹ ਦੇ ਵਿੱਚ ਰਹਿੰਦਿਆਂ ਵੀ ਅਸੀਂ ਵੇਖਿਆ ਸਾਰਾ ਕੁਝ ਕੋਲ ਹੁੰਦਾ, ਮਨੁੱਖ ਫਿਰ ਵੀ ਦੁਖੀ ਹੈ। ਇਸ ਲਈ ਮੈਂ ਜਦੋਂ ਇਸ ਵਿਚਾਰ ਦੇ ਸੰਬੰਧ ਵਿੱਚ ਜਾਣਾ, ਠੀਕ ਹੈ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਸਰੀਰ ਛੱਡੇਗਾ ਨਾਮ ਤੇਰੇ ਕੰਮ ਆਏਗਾ, ਕੋਈ ਗੱਲ ਨਹੀਂ, ਪਰ ਸਤਿਗੁਰੂ ਨੇ ਇਹ ਵੀ ਕਿਹਾ ਮੈਂ ਉਹ ਵੀ ਲੋਕ ਵੇਖੇ ਨੇ ਜਿਨ੍ਹਾਂ ਦੇ ਕੋਲ ਸੰਸਾਰ ਵਿੱਚ ਬੜਾ ਕੁਝ ਸੀ, ਜਿਉਂਦੇ ਜੀ ਉਹਨਾਂ ਕੋਲ ਨਾਮ ਨਹੀਂ ਸੀ, ਉਹਨਾਂ ਨੂੰ ਵੀ ਰੋਂਦੇ ਹੋਏ ਵੇਖਿਆ, ਕਲਪਦੇ ਹੋਏ ਵੇਖਿਆ, ਨਾਮ ਨਹੀਂ ਸੀ ਜਿਨ੍ਹਾਂ ਕੋਲ। ਨਾਮ ਇਕੱਲਾ ਮੌਤ ਤੋਂ ਬਾਅਦ ਕੰਮ ਦੇਣ ਵਾਲੀ ਚੀਜ਼ ਨਹੀਂ, ਜਿਉਂਦਿਆਂ ਵੀ ਬੰਦੇ ਨੂੰ ਚਾਹੀਦਾ। ਨਹੀਂ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤੇ, ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ। ਇੱਕ ਚੀਜ਼ ਦੇ ਦੰਦ ਹੋਣ ਨਾ, ਜਦੋਂ ਖਾਏ ਤਾਂ ਆਵਾਜ਼ ਆ ਜਾਂਦੀ, ਬੰਦਾ ਇੱਕ ਨੂੰ ਕੋਈ ਖਾ ਜਾਏ ਅਤੇ ਦੂਜਾ ਭੱਜ ਜਾਏ, ਦੌੜ ਜਾਏ ਵੀ ਖਾ ਰਿਹਾ, ਦੰਦਾਂ ਦਾ ਆਵਾਜ਼ ਤਾਂ ਆਵੇ। ਕਹਿੰਦੇ ਆਹ ਜਿਹੜੀ ਮਾਇਆ ਦੇ ਦੰਦ ਕੋਈ ਨਹੀਂ ਹੈ, ਇਹਦੇ ਦੰਦ ਹੀ ਕੋਈ ਨਹੀਂ। ਇੱਕ ਬੰਦੇ ਨੂੰ ਖਾਂਦੀ ਹੈ ਅਤੇ ਦੂਜਾ ਕੋਲ ਬਹਿ ਕੇ ਵੇਖੀ ਜਾਂਦਾ, ਉਹਨੂੰ ਖਾ ਜਾਂਦੀ ਅਤੇ ਦੂਜਾ ਆਪ ਹੀ ਤਿਆਰ ਹੋ ਕੇ ਅੱਗੇ ਖਲੋ ਜਾਂਦਾ, ਜੀ ਮੈਨੂੰ ਵੀ ਖਾਓ, ਮੈਂ ਵੀ ਨਹੀਂ ਬਚਣਾ ਤੁਹਾਡੇ ਤੋਂ। ਮਾਇਆ ਮਮਤਾ ਮੋਹਣੀ, ਮਾਇਆ ਦੇ ਅਰਥ ਸਮਝਣੇ। ਜਦੋਂ ਅਸੀਂ ਮਾਇਆ ਸ਼ਬਦ ਕਹਿੰਦੇ ਹਾਂ, ਬੰਦੇ ਦਾ ਧਿਆਨ ਆਮ ਤੌਰ 'ਤੇ ਜਾਂਦਾ ਨੋਟਾਂ 'ਤੇ, ਕਰੰਸੀ 'ਤੇ ਚਲਾ ਜਾਂਦਾ ਹੈ, ਫਿਰ ਇਸੇ ਦਾ ਸਹਾਰਾ ਲੈ ਕੇ ਕਈ ਅਖੌਤੀ ਸਾਧੂਆਂ ਨੇ ਇਹ ਨੋਟ ਤਿਆਗ ਵੀ ਦਿੱਤੇ, ਕਹਿੰਦੇ ਨਹੀਂ ਪਾਉਂਦੇ ਜੇਬ ਵਿੱਚ, ਹੱਥ ਹੀ ਨਹੀਂ ਲਾਉਂਦੇ ਜੀ ਇਹ 'ਤੇ। ਮਾਇਆ ਸਾਧ ਸੰਗਤ ਇੱਕ ਤਰ੍ਹਾਂ ਦੀ ਹੋਵੇ ਅਤੇ ਬੰਦਾ ਬਚੇ। ਕਬੀਰ ਸਾਹਿਬ ਕਹਿੰਦੇ ਕੋਈ ਸੰਨਿਆਸੀ ਆਉਂਦਾ ਅਤੇ ਉਹ ਮਿਲਿਆ, ਉਹਦੇ ਕਮੀਜ਼ ਦੀ ਜੇਬ ਨਹੀਂ, ਬਿਨਾਂ ਜੇਬ ਵਾਲਾ ਕਮੀਜ਼, ਚਲੋ ਚੰਗੀ ਗੱਲ ਹੈ। ਜਦੋਂ ਕਿਤੇ ਬੰਦੇ ਦੀ ਮੌਤ ਹੋ ਜਾਏ, ਮੌਤ ਤੋਂ ਬਾਅਦ ਜਿਹੜਾ ਕੱਪੜਾ ਪਾਉਂਦੇ ਨੇ, ਕਹਿੰਦੇ ਉਹਦੀ ਜੇਬ ਨਹੀਂ ਆਉਂਦੀ, ਜਿਸ ਨੂੰ ਕਫਨ ਕਹਿੰਦੇ ਨਾ, ਖਰੀਦ ਕੇ ਲਿਆਈਦਾ ਪਾਉਂਦੇ ਨੇ, ਉਹਨੂੰ ਜੇਬ ਨਹੀਂ ਲਾਉਂਦੇ ਕੋਈ। ਜੇਬ ਤਾਂ ਨਹੀਂ ਲਾਉਂਦੇ, ਕਿਉਂ ਨਹੀਂ ਲਾਉਂਦੇ, ਕਿ ਹੁਣ ਇਹਨੂੰ ਜੇਬ ਦੀ ਲੋੜ ਕੀ ਹੈ, ਜਿੱਥੇ ਇਹ ਗਿਆ ਹੈ ਉੱਥੇ ਜੇਬ ਵਾਲਾ ਕੰਮ ਹੈ ਹੀ ਨਹੀਂ, ਇੱਥੇ ਤਾਂ ਜੇਬ ਖਰਚਾ ਕੰਮ ਚੱਲਦਾ ਸੀ, ਕੋਈ ਕੰਮ ਨਾ ਬਣੇ ਕਿਤੇ ਦਿਓ ਅਤੇ ਕੰਮ ਚਲਾਓ ਇਸ ਦੇਸ਼ ਦੀ ਰਵਾਇਤ, ਹੁਣ ਉੱਥੇ ਨਹੀਂ ਚੱਲਦੀ ਰਿਸ਼ਵਤ, ਉੱਥੇ ਕੋਈ ਨਹੀਂ ਕੰਮ ਚੱਲਦਾ। ਕਹਿੰਦੇ ਨੇ ਇੱਕ ਬੰਦੇ ਬਾਰੇ ਇਹ ਲਿਖਿਆ ਗਿਆ, ਉਹ ਸਾਰੀ ਉਮਰ ਧਨ ਦੇ ਬਲਬੂਤੇ 'ਤੇ ਜਿੱਤਦਾ ਰਿਹਾ, ਸਾਰੀ ਉਮਰ ਮਾਇਆ ਦੇ ਸਹਾਰੇ 'ਤੇ ਕਾਮਯਾਬੀਆਂ ਹਾਸਲ ਕਰਦਾ ਰਿਹਾ, ਅਤੇ ਇੱਕ ਦਿਨ ਕਹਿੰਦੇ ਚਲਾ ਗਿਆ, ਧਰਮਰਾਜ ਨੂੰ ਕਹਿੰਦਾ ਵੀ ਦੱਸ ਤੈਨੂੰ ਕਿੰਨੇ ਚਾਹੀਦੇ ਨੇ। ਉਹਨੇ ਕਿਹਾ ਹੱਥ ਮਾਰ ਕੇ ਵੇਖ, ਜਿਹੜਾ ਤੂੰ ਕਮੀਜ਼ ਪਾ ਕੇ ਆਉਂਦੀ ਅਤੇ ਜੇਬ ਵੀ ਕੋਈ ਨਹੀਂ, ਇੱਥੇ ਜੇਬ ਆਉਂਦੀ ਹੀ ਨਹੀਂ, ਤੂੰ ਆਪਣੇ ਸਰੀਰ 'ਤੇ ਹੱਥ ਮਾਰ ਕੇ ਵੇਖ, ਇੱਥੇ ਤਾਂ ਨੰਗਾ ਮਨੁੱਖ ਆਉਂਦਾ, ਨੰਗਾ ਦੋਜਕ ਚੱਲਿਆ ਤਾਂ ਦਿਸ਼ਾ ਖਰਾ ਡਰਾਵਣ, ਕਰ ਔਗੁਣ ਪਛੋਤਾਵਣ, ਇੱਥੇ ਨਹੀਂ ਚੱਲਦੀ। ਮਾਇਆ ਇੱਕ ਹੈ ਅਸਥੂਲ, ਉਹਦੇ ਵਿੱਚ ਬੰਦਾ ਫਸ ਜਾਏ ਅਤੇ ਨਿਕਲ ਸਕਦਾ, ਅਸਥੂਲ ਮਾਇਆ, ਮਕਾਨ ਇਹ ਵੀ ਇੱਕ ਮਾਇਆ, ਵਧੀਆ ਅਸਵਾਰੀ ਇਹ ਵੀ ਇੱਕ ਮਾਇਆ, ਮਾਇਆ ਵਾਪਰ ਜਾਂਦੀ, ਕਿਸੇ ਦਾ ਧਿਆਨ ਹੀ ਮਕਾਨ ਵਿੱਚ ਦਿਨ ਰਾਤ। ਉਸੇ ਬਾਰੇ ਸਾਹਿਬ ਨੇ ਕਿਹਾ ਪ੍ਰੇਤ ਬਣੇਗਾ, ਕਿਸੇ ਦਾ ਧਿਆਨ ਕਿਸੇ ਖਾਣ ਵਾਲੀ ਚੀਜ਼ ਵਿੱਚ ਰੁਚੀ ਜ਼ਿਆਦਾ ਰੱਖਦਾ ਹੈ, ਉਹ ਉਹਦੇ 'ਤੇ ਅੜਿਆ ਹੋਇਆ, ਉਹ ਮਾਇਆ। ਕਹਿੰਦੇ ਨੇ ਹਰ ਇੱਕ ਬੰਦੇ ਦੇ ਸਰੀਰ ਦੇ ਵਿੱਚ ਜਿਹੜੀਆਂ ਪੰਜ ਤੱਤ ਨੇ, ਜਿਹਦਾ ਸਰੀਰ ਬਣਿਆ ਅਤੇ 25 ਅੱਗੋਂ ਇਹਦੀਆਂ ਪ੍ਰਕਿਰਤੀਆਂ ਬਣੀਆਂ ਹੋਈਆਂ, ਅੰਗ ਨੇ ਬੜਾ ਪਸਾਰਾ ਸਰੀਰ ਦਾ, ਇਹ ਜਿੰਨੇ ਸਰੀਰ ਦੇ ਤੱਤ ਨੇ ਅਤੇ 3 ਗੁਣ ਨੇ ਇਸ ਬੰਦੇ ਦੇ ਵਿੱਚ, ਰਜੋ ਤਮੋ ਅਤੇ ਸਤੋ, ਬੜਾ ਲੰਮੀ ਵਿਆਖਿਆ ਦੀ ਵਿੱਚ ਵਿੱਚ ਆਉਂਦੀ ਰਹਿੰਦੀ ਕਥਾ ਦੇ, ਤੁਸੀਂ ਸੁਣਦੇ। ਇਹਨਾਂ ਦੇ ਅਨੁਸਾਰ ਹਰ ਇੱਕ ਬੰਦੇ ਦੀ ਬਿਰਤੀ ਇੱਕ ਮਾਇਆ 'ਤੇ ਖਲੋਂਦੀ ਹੈ, ਕਿਸੇ ਦੀ ਬਿਰਤੀ ਖਾਣ ਪੀਣ 'ਤੇ ਬਹੁਤੀ ਚਲੀ ਜਾਏਗੀ, ਉਹਦੇ ਵਿੱਚ 3 ਗੁਣਾਂ ਵਿੱਚੋਂ ਤਾਮਸੀ ਗੁਣ ਭਾਰੀ ਹੈ,
ਕਿਸੇ ਬੰਦੇ ਦੀ ਬਿਰਤੀ ਰਹਿ ਗਈ ਵੀ ਚਾਰ ਬੰਦੇ ਮੇਰੇ ਪਿੱਛੇ ਤੁਰਨ, ਜਿੱਥੇ ਜਾਵਾਂ ਕੋਈ ਅੱਗੋਂ ਫਤਿਹ ਬੁਲਾਏ, ਗੋਡਿਆਂ ਨੂੰ ਹੱਥ ਲਾਏ। ਇਹ ਰਾਜ ਸੀ ਬਿਰਤੀ ਵਾਲੀ, ਇਹਦੇ ਵਿੱਚ ਵੱਧ ਹੈ ਬਿਰਤੀ। ਇਸ ਤਰ੍ਹਾਂ ਇਹ ਸਾਰੀਆਂ ਬਿਰਤੀਆਂ ਨੇ, ਕਿਸੇ ਦੀ ਬਿਰਤੀ ਵਸਤਰਾਂ 'ਤੇ ਖੜੀ ਹੋਈ ਹੈ, ਕੱਪੜਿਆਂ ਦੇ ਦੁਆਲੇ ਘੁੰਮਦਾ। ਇਕੱਲੇ ਸੰਸਾਰੀ ਨਹੀਂ, ਧਰਮੀਆਂ ਬਾਰੇ ਵੀ ਸੱਚੇ ਪਾਤਸ਼ਾਹ ਨੇ ਕਿਹਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰੂਪ ਕਰੈ ਸ਼ਿੰਗਾਰ। ਕਈ ਧਰਮੀ ਬੰਦੇ, ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਨਾਟਕ ਚੱਲਦਾ ਹੋਵੇ, ਫਿਲਮ ਇੰਡਸਟਰੀ ਹੋਵੇ, ਨਾਟਕ ਦੀ ਦੁਨੀਆ ਹੋਵੇ, ਅਤੇ ਕੋਈ ਇਹਦੇ ਵਿੱਚ ਪਾਪ ਨਹੀਂ। ਜਦੋਂ ਉਹਦਾ ਨਾਮ ਹੀ ਨਾਟਕ ਹੈ, ਤਾਂ ਫਿਰ ਨਾਟਕ ਤਾਂ ਕਰਨਾ ਹੀ ਹੋਇਆ ਉਹਨਾਂ ਨੇ, ਉਹਦਾ ਕੰਮ ਹੀ ਨਾਟਕ ਖੇਡਣਾ। ਕੋਈ ਨਾਟਕ ਖੇਡ ਰਿਹਾ, ਕੋਈ ਰਾਵਣ ਹੈ, ਕੋਈ ਰਾਮਚੰਦਰ, ਕੋਈ ਸੁਗਰੀਵ ਹੈ, ਕੋਈ ਬਾਲੀ ਹੈ, ਕੋਈ ਕੁਝ ਬਣਿਆ ਫਿਰਦਾ, ਉਹ ਤਾਂ ਹੈ ਹੀ ਨਾ ਨਾਟਕ, ਕਿਸੇ ਦਾ ਰੋਲ ਕਰਨਾ ਹੈ। ਪਰ ਸਤਸੰਗਤ ਧਰਮ ਦੇ ਮਸਲੇ ਵਿੱਚ ਵੀ ਬੜੇ ਵੱਡੇ ਵੱਡੇ ਨਰਤਕ ਨੇ, ਨਾਚ ਕਰਦੇ ਨੇ। ਇੱਥੇ ਵੀ ਨਾਟਕਕਾਰਾਂ ਦਾ ਕੋਈ ਅੰਤ ਨਹੀਂ। ਗੁਰੂ ਸਾਹਿਬ ਨੇ ਕਿਹਾ ਇੱਥੇ ਵੀ ਨਾਟਕ ਕਰਨਾ, ਉਸੇ ਤਰ੍ਹਾਂ ਹੀ ਜਿਵੇਂ ਇੱਕ ਫਿਲਮ ਵਿੱਚ ਕਿਸੇ ਨੂੰ ਪਿਆਸ ਲੱਗ ਜਾਏ, ਬੜੀ ਉੱਚੀ ਉੱਚੀ ਪੁਕਾਰਦਾ, ਪਾਣੀ ਦਿਓ ਜੀ ਪਾਣੀ, ਪਿਆਸ ਲੱਗੀ। ਪਿਆਸ ਲੱਗੀ ਨਹੀਂ, ਫਿਲਮ ਬਣਾ ਰਿਹਾ। ਹੋ ਸਕਦਾ ਕੋਈ ਬੰਦਾ ਇਸ ਧਰਮ ਦੇ ਮਾਰਗ ਵਿੱਚ ਵੀ ਕਹੇ ਜੀ ਮੈਂ ਤੁਹਾਡੇ ਚਰਨਾਂ ਦੀ ਧੂੜ, ਬਸ ਨਿਮਰਤਾ ਰੱਖੋ ਜੀ, ਨਿਮਰਤਾ ਰੱਖੋ, ਅੰਦਰ ਬਾਹਰ ਰਸਨਾ ਅਤੇ ਵੇ ਨਿਮਰਤਾ, ਅਤੇ ਪਰੇ ਜਾ ਕੇ ਕਹਿੰਦਾ ਜਿੱਦਣ ਮੇਰੇ ਹੱਥ ਵਿੱਚ ਆ ਗਿਆ ਨਾ, ਇਹਨੂੰ ਦੱਸਾਂਗਾ ਕਿਵੇਂ ਤੁਰੀਦਾ ਹੈ। ਜਿੱਦਣ ਅਜੇ ਮੇਰੇ ਹੱਥਾਂ ਵਿੱਚ ਨਹੀਂ ਆ ਰਿਹਾ, ਅਜੇ ਤਾਂ ਇਹਨੂੰ ਕਾਬੂ ਕਰਨਾ ਨਾ। ਇਸ ਕਰਕੇ ਸ਼ਬਦ ਬੜੇ ਸੋਹਣੇ ਮਿੱਠੇ, ਰੱਬ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ, ਖਿਆਲ ਰੱਖਣਾ। ਰੱਬ ਦਾ ਤਾਂ ਸਾਧ ਸੰਗਤ ਮੰਦਰ ਹੀ ਅਸੀਂ ਇੱਕੋ ਹੀ ਬਣਾਇਆ ਇਸ ਦੁਨੀਆ ਵਿੱਚ। ਇੰਨੇ ਮੰਦਰ, ਇੰਨੇ ਗੁਰਦੁਆਰੇ, ਇੰਨੀਆਂ ਮਸਜਿਦਾਂ, ਬੰਦੇ ਨੇ ਕਿਸੇ ਗੁਰਦੁਆਰੇ ਮੰਦਰ ਦਾ ਨਾਮ ਰੱਬ ਦੇ ਨਾਂ 'ਤੇ ਨਹੀਂ ਰੱਖਿਆ। ਗੁਰੂ ਰਾਮਦਾਸ ਜੀ ਨੇ ਸੋਚਿਆ ਜਿਸ ਰੱਬ ਦਾ ਨਾਂ ਲੈ ਕੇ ਸਾਰੇ ਰੋਟੀ ਖਾਂਦੇ ਨੇ, ਇੱਕੋ ਦਾ ਮੰਦਰ ਹੀ ਬਣਾ ਦੀ, ਹਰਿਮੰਦਰ ਸਾਹਿਬ ਰੱਬ ਦੇ ਨਾਂ 'ਤੇ ਵੀ ਇੱਕ ਨਾਂ ਰੱਖ ਦਈਏ। ਗੁਰੂ ਨਾਨਕ ਦੇਵ ਜੀ ਨੇ ਸੋਚਿਆ ਕਰਤਾਰਪੁਰ, ਕਰਤੇ ਦਾ ਵੀ ਕੋਈ ਨਗਰ ਵਸਾ ਦਈਏ। ਕਿਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੋਚਿਆ ਇੱਕ ਪਿੰਡ ਬਣਾ ਦਈਏ ਜਿਹਦੇ ਵਿੱਚ ਆਨੰਦ ਨੂੰ ਰਹਿਣ ਵਾਸਤੇ ਥਾਂ ਮਿਲੇ, ਆਨੰਦਪੁਰ ਸਾਹਿਬ। ਕੋਈ ਤਖ਼ਤ ਬਣਾਈਏ ਜਿੱਥੇ ਕੇਸਾਂ ਦੀ ਗੱਲ ਹੋਵੇ, ਕੇਸਗੜ੍ਹ ਸਾਹਿਬ। ਉਸ ਅਕਾਲ ਪੁਰਖ ਦਾ ਵੀ ਕੋਈ ਤਖ਼ਤ ਬਣਾਈਏ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਲਿਆਓ ਅਕਾਲ ਪੁਰਖ ਦਾ ਤਖ਼ਤ ਬਣਾਈਏ, ਅਕਾਲ ਤਖ਼ਤ ਸਾਹਿਬ। ਉਸ ਹਜ਼ੂਰ ਸੱਚੇ ਪਾਤਸ਼ਾਹ ਦਾ ਵੀ ਕੋਈ ਥਾਂ ਬਣਾ ਦਈਏ, ਹਜ਼ੂਰ ਸਾਹਿਬ ਬਣਾ ਦਈਏ। ਬਾਕੀ ਦੇ ਜਿਹੜੇ ਥਾਂ ਨੇ ਨਾ, ਉਹ ਪਹਿਲਾਂ ਨਾਮ ਟਿਕੇ ਹੋਏ ਸਨ। ਪਟਨਾ, ਇਹਨੂੰ ਪਹਿਲਾਂ ਪਾਟਲੀਪੁੱਤਰ ਕਹਿੰਦੇ ਸਨ, ਉਹਦਾ ਵੀ ਅੱਜ ਨਾਮ ਭਾਵੇਂ ਆਪਾਂ ਪਟਨਾ ਸਾਹਿਬ ਕਹਿੰਦੇ ਹਾਂ, ਪਰ ਉਹਦੇ ਨਾਲ ਲਿਖਿਆ ਹੋਵੇਗਾ ਤਖ਼ਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ, ਉਹਨੂੰ ਵੀ ਹਰਿਮੰਦਰ ਕਹਿੰਦੇ ਨੇ। ਰੱਬ ਨੂੰ ਬੰਦਾ ਕਿੱਥੇ ਪ੍ਰਵਾਨ ਕਰਦਾ ਹੈ? ਇਹ ਤਾਂ ਸਾਡਾ ਸਰਦਾ ਨਹੀਂ, ਵਿੱਚ ਰੱਬ ਨੂੰ ਲਿਆਉਣ ਤੋਂ ਬਿਨਾਂ ਸਾਡੀ ਗੱਲ ਨਹੀਂ ਚੱਲਣੀ, ਨਹੀਂ ਤਾਂ ਹੁਣ ਨੂੰ ਕਦੇ ਦਾ ਨਾਮ ਮਿਟਾ ਦਿੰਦੇ ਧਰਤੀ ਤੋਂ ਰੱਬ ਦਾ, ਜੇ ਸਾਡੀ ਬਾਹ ਚੱਲਦੀ। ਮੈਂ ਇੱਕ ਸੱਜਣ ਤੋਂ ਬੜੀ ਪਿਆਰੀ ਗੱਲ ਸੁਣੀ, ਤੁਹਾਡੇ ਨਾਲ ਸਾਂਝੀ ਵੀ ਕਰਦੇ ਹਾਂ। ਕੋਈ ਸੁਣਾ ਰਹੇ ਸਨ, ਕਹਿੰਦੇ ਇਹ ਸਾਰਿਆਂ ਦਾ ਬੜਾ ਸਤਿਕਾਰ ਕਰਦੇ ਨੇ ਆਲੋਕ, ਸਾਰਿਆਂ ਵੱਲੋਂ ਸਾਰਿਆਂ ਦੇ ਬੜੇ ਤਰਲੇ ਲੈਂਦੇ ਨੇ ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ, ਕਿ ਇਲੈਕਸ਼ਨ ਆ ਗਈ, ਕਦੀ ਕਿਸੇ ਕੋਲ ਜਾ ਪਿੰਡ ਦਾ ਸਰਪੰਚ ਬਣਨਾ, ਕੋਈ ਪਿੰਡ ਦੀ ਸਰਪੰਚੀ 'ਤੇ ਖੜਾ ਸੀ, ਸਾਰਿਆਂ ਦੇ ਘਰਾਂ ਵਿੱਚ ਜਾਂਦਾ ਹੈ। ਕਿਸੇ ਨੇ ਕਿਹਾ ਉਹ ਗੁਰੂ ਗ੍ਰੰਥ ਸਾਹਿਬ ਜੀ ਕੋਲ ਵੀ ਜਾ, ਉਹ ਕਹਿੰਦਾ ਕਾਹਦੇ ਲਈ, ਗੁਰੂ ਗ੍ਰੰਥ ਸਾਹਿਬ ਦਾ ਕਿਹੜਾ ਵੋਟ ਹੈ, ਵੋਟ ਹੋਵੇ ਤਾਂ ਤਾਂ ਤਰਲਾ ਲਈਏ। ਗੁਰੂ ਗ੍ਰੰਥ ਸਾਹਿਬ ਜੀ ਦਾ ਜੇ ਵੋਟ ਬਣੇ ਤਾਂ ਫਿਰ ਤਾਂ ਖੈੜਾ ਛੱਡੀਏ ਨਾ, ਭਾਵੇਂ ਵੱਡੀ ਗੱਡੀ ਲਿਆਓ ਕੇ ਲਿਆ ਕੇ ਜਾਣਾ ਪਏ ਨਾਲ, ਹੈ ਨਹੀਂ ਵੋਟ ਤਾਂ ਕਿਵੇਂ ਤਰਲਾ ਲਈਏ।
ਗੁਰੂ ਦੀ ਵੀ ਪਰਵਾਹ ਨਹੀਂ। ਤਾਂ ਇਹ ਸਾਰੇ ਜਿਹੜੇ ਤਖ਼ਤ ਬਣਾਏ ਕਰਤਾਰਪੁਰ, ਹੋਰ ਚੀਜ਼ਾਂ ਬਣਾਈਆਂ, ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਸਾਧ ਸੰਗਤ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਨੁੱਖ ਨੂੰ ਇਹ ਦੱਸਣ ਦਾ ਯਤਨ ਕਰ ਰਹੇ ਨੇ, ਇੱਥੇ ਹੈ ਕੁਝ ਨਹੀਂ, ਇਹ ਬਿਨਾਂ ਦੰਦਾਂ ਤੋਂ ਮਨੁੱਖ ਖਾਧਾ ਜਾਂਦਾ ਇਹਦੇ ਨਾਲ। ਗੁਰੂ ਅਮਰਦਾਸ ਜੀ ਦਾ ਬਚਨ ਮੈਂ ਸਾਂਝਾ ਕਰ ਰਿਹਾ ਸੀ, ਇੱਕ ਬੰਦਾ ਖਾਧਾ ਗਿਆ, ਦੂਜੇ ਨੂੰ ਪਤਾ ਨਹੀਂ ਲੱਗਦਾ ਕਦੋਂ ਮਾਇਆ ਖਾ ਗਈ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਅਤੇ ਮਾਇਆ ਦੇ ਕਈ ਪ੍ਰਕਾਰ ਦੀ ਗੱਲ ਕਰ ਰਿਹਾ ਸੀ। ਕਬੀਰ ਸਾਹਿਬ ਕੋਲ ਇੱਕ ਸੰਨਿਆਸੀ ਆਉਂਦਾ ਅਤੇ ਕਬੀਰ ਜੀ ਨੇ ਧਿਆਨ ਨਾਲ ਵੇਖਿਆ, ਕਹਿੰਦੇ ਸੰਨਿਆਸੀ ਜੀ ਜੇਬ ਕੋਈ ਨਹੀਂ, ਕਹਿੰਦੇ ਜੇਬ ਕਾਹਦੇ ਲਈ ਲਾਉਣੀ, ਮਾਇਆ 'ਤੇ ਛੱਡ ਦਿੱਤੀ ਹੈ, ਤਿਆਗ ਦਿੱਤੀ। ਕਹਿੰਦੇ ਕਿਹੜੀ ਤਿਆਗੀ ਜੇ ਵੀ ਦੱਸ ਦਿਓ, ਕਹਿੰਦੇ ਜਿਹੜੀ ਹੈ ਇੱਕ। ਕਹਿੰਦੇ ਨਹੀਂ, ਤੁਸੀਂ ਅਜੇ ਮਾਇਆ ਦੇ ਘਰ ਵੀ ਨਹੀਂ ਗਏ, ਰੱਬ ਦਾ ਅਤੇ ਘਰ ਉਹਦੇ ਤੋਂ ਵੀ ਅੱਗੇ ਹੈ, ਅਜੇ ਮਾਇਆ ਵੀ ਨਹੀਂ ਵੇਖੀ ਪੂਰੀ। ਰੱਬ ਦੇ ਘਰ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਮਾਇਆ ਦਾ ਘਰ ਆਉਂਦਾ ਹੈ, ਉਹਦੇ ਵਿੱਚੋਂ ਗੁਜ਼ਰਨਾ ਪੈਂਦਾ, ਹਰ ਇੱਕ ਨੂੰ ਲੰਘਣਾ ਪੈਂਦਾ। ਕਹਿੰਦੇ ਮਾਇਆ ਦਾ ਘਰ? ਕਹਿੰਦੇ ਹਾਂ। ਮੈਂ ਜਿੱਦਣ ਰੱਬ ਦੇ ਘਰ ਗਿਆ ਸੀ ਅਤੇ ਰਾਹ ਵਿੱਚ ਆਉਂਦਾ ਸੀ, ਮੈਂ ਕਿਹਾ ਵੇਖ ਹੀ ਚੱਲੀਏ, ਘਰ ਹੀ ਬੜਾ ਵੱਡਾ ਉਹਦਾ, ਅਤੇ ਕਹਿੰਦੇ ਵਸਤਰਾਂ ਦੀ ਕੋਈ ਕਮੀ ਨਹੀਂ ਉਹਦੇ ਕੋਲ, ਲਾਈਨ ਲੱਗੀ ਹੋਈ ਕਮਰਿਆਂ ਵਿੱਚ, ਟੰਗੇ ਹੋਏ ਨੇ ਉਸਨੇ। ਇਹ ਇੱਕ ਬਿਰਤੀ ਹੈ। ਵਸਤਰ ਮੈਂ ਬੇਨਤੀ ਕੀਤੀ ਸੀ, ਪੰਜ ਤੱਤ ਨੇ, ਜਿੱਥੇ ਕਿਸੇ ਦਾ ਤੱਤ ਰੁਕਦਾ ਉਸ ਤਰ੍ਹਾਂ ਦੀ ਮਾਇਆ ਵਿੱਚ ਫਸ ਜਾਂਦਾ ਹੈ। ਕਹਿੰਦੇ ਉਹਨੇ ਕੱਪੜੇ ਬੜੇ ਰੱਖੇ ਨੇ ਮਾਇਆ ਨੇ, ਕਿਹੜੀ ਤੋਂ ਬਚੇਗਾ? ਇੱਕ ਨੂੰ ਪਹਿਚਾਨੀ ਦਾ ਦੂਜਾ ਪਾ ਕੇ ਆ ਜਾਂਦੀ ਹੈ। ਕਬੀਰ ਜੀ ਨੇ ਕਿਹਾ ਨਾ, ਸਗਲਿਆਂ ਕੀ ਹੋ ਬਹਿਣ ਬਾਣ ਜੀ, ਜਿਸ ਹੈ ਬਰੀ ਅਤੇ ਸਚੇਰੀ। ਕਿਤੇ ਇਹ ਮਾਇਆ ਕਿਸ ਰੂਪ ਵਿੱਚ, ਕਿਤੇ ਪਤਨੀ ਦੇ ਰੂਪ ਵਿੱਚ, ਕਿਤੇ ਪਤੀ ਦੇ ਰੂਪ ਵਿੱਚ, ਕਿਤੇ ਪੁੱਤਰ, ਕਿਤੇ ਜਾਇਦਾਦ, ਕਿਤੇ ਭਰਾ, ਕਿਤੇ ਹੋਰ ਰੂਪ ਦੇ ਵਿੱਚ, ਬੜੇ ਇਹਦੇ ਵੇਸ ਨੇ ਸੰਨਿਆਸੀ ਜੀ, ਭੁਲੇਖੇ ਵਿੱਚ ਨਾ ਪੈ ਜਾਇਓ ਵੀ ਇਕੱਲੀ ਜੇਬ ਵਾਲੀ ਮਾਇਆ ਹੁੰਦੀ ਹੈ, ਇਹ ਤਾਂ ਛੋਟੀ ਜਿਹੀ ਮਾਇਆ ਹੈ, ਮਾਇਆ ਤਾਂ ਹੁੰਦੀ ਇਸ ਤੋਂ ਅੱਗੇ ਸ਼ੁਰੂ ਹੈ, ਇਹ ਤਾਂ ਛੋਟੀ ਜਿਹੀ ਹੈ। ਇਸ ਲਈ ਇੱਕ ਹੈ ਅਸਥੂਲ ਮਾਇਆ, ਅਸਥੂਲ ਜਿਹੜੀ ਦਿਸਦੀ ਹੈ, ਇਹ ਤਾਂ ਵੇਖ ਲਵਾਂਗੇ ਇਹਦੇ ਤੋਂ ਬਚਣਾ, ਨਾਲੇ ਬਚਣ ਦੀ ਲੋੜ ਕੀ, ਮੂੰਹ ਕਹਿ ਦਈਏ ਵੀ ਦੂਰ ਰਹੋ, ਛੱਡਣਾ ਨਹੀਂ ਵਿੱਚੋਂ। ਤਾਂ ਦੂਜੀ ਸੂਖਸ਼ਮ ਅੱਗੇ ਬਦਲਦੀ ਜਾਂਦੀ ਹੈ ਸਹਿਜੇ ਸਹਿਜੇ। ਸਵੇਰੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ, ਕਹਿੰਦੇ ਵੀ ਦੋ ਤਰ੍ਹਾਂ ਦੀ ਮਾਇਆ, ਉਸਤਤ ਅਤੇ ਨਿੰਦਿਆ। ਨਿੰਦਿਆ ਆਪਣੀ ਗਲਤ ਲੱਗਣੀ ਅਤੇ ਉਸਤਤ ਸਵਾਦ ਲੱਗਣੀ, ਮਾਇਆ ਦਾ ਸੂਖਸ਼ਮ ਰੂਪ, ਇਹਦੇ ਤੋਂ ਬਚਿਆ ਨਹੀਂ ਜਾ ਸਕਦਾ, ਨਸ਼ੇ ਵੀ ਅੰਦਰ ਦੇ ਨੇ। ਇਸ ਕਰਕੇ ਇਹਦੇ ਕਿੰਨੇ ਕੁ ਰੂਪ ਨੇ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਜ ਦੇ ਬਚਨ ਵਿੱਚ ਮਾਇਆ ਦਾ ਜ਼ਿਕਰ ਕਰਦੇ ਨੇ। ਔਰ ਗੱਲ ਕਰ ਰਿਹਾ ਸੀ, ਅਸੀਂ ਕਹਿ ਦਿੰਦੇ ਹਾਂ ਇੱਥੇ ਫਲਾਣਾ ਬੰਦਾ ਆਇਆ, ਬੜਾ ਕੁਝ ਬਣਾ ਲਿਆ ਉਹਨੇ, ਬੜਾ ਕੁਝ ਇਕੱਠਾ ਕਰ ਲਿਆ। ਸਤਿਗੁਰੂ ਨੇ ਕਿਹਾ ਤੂੰ ਕੀ ਬਣਾਇਆ, ਅਤੇ ਪਹਿਲਾਂ ਹੈ ਹੀ ਸੀ ਇੱਥੇ, ਬਣਾਉਣਾ ਕੀ ਤੂੰ? ਇਹ ਤਾਂ ਥਾਂ ਬਦਲਣ ਵਾਲੀ ਚੀਜ਼ ਹੈ, ਕਿਸੇ ਕੋਲੋਂ ਤੇਰੇ ਕੋਲ ਆ ਗਈ, 10 ਸਾਲਾਂ ਨੂੰ ਫਿਰ ਇਹਨੇ ਥਾਂ ਬਦਲ ਜਾਣਾ, ਤੇਰੇ ਕੋਲੋਂ ਘੱਟ ਜਾਏਗੀ, ਹੋਰ ਕਿਤੇ ਚਲੀ ਜਾਏਗੀ, ਇਹ ਥਾਂ ਬਦਲਦੀ ਰਹਿੰਦੀ ਹੈ। ਅਤੇ ਜਿਹੜੀ ਚੀਜ਼ ਥਾਂ ਬਦਲੇ, ਜਿਹੜਾ ਉਹਦੇ ਨਾਲ ਮਿੱਤਰਤਾ ਪਾਵੇ, ਉਹਨੂੰ ਕੀ ਕਹਿੰਦੇ ਨੇ? ਖਿਆਲ ਰੱਖਣਾ, ਜਿਹੜੀ ਚੀਜ਼ ਥਾਂ ਬਦਲੇ, ਉਹਦੇ ਨਾਲ ਕੋਈ ਮਿੱਤਰਤਾ ਪਾ ਲਵੇ, ਉਹਨੂੰ ਕੀ ਕਹਿੰਦੇ ਨੇ? ਉਹ ਕੌਣ ਹੈ? ਤਾਂ ਸੰਪੱਤੀ ਦੇ ਸੰਬੰਧ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬੜੇ ਪਿਆਰੇ ਬਚਨ ਕਹਿ ਰਹੇ ਨੇ, ਧਨ ਦਾਰਾ ਸੰਪਤ ਸਗਲ। ਸਗਲ ਜਿਹੜਾ ਸ਼ਬਦ ਨਾਲ ਤਾਂ ਲਿਆ ਬਈ ਤਿੰਨ ਚੀਜ਼ਾਂ 'ਤੇ ਕਹਿ ਦਿੱਤੀਆਂ, ਧਨ, ਧਨ ਦਾ ਅਰਥ ਹੈ ਮਾਇਆ ਕਰੰਸੀ, ਦਾਰਾ ਦਾ ਅਰਥ ਹੈ ਇਸਤਰੀ, ਸੰਪਤ ਦਾ ਅਰਥ ਹੈ ਸੰਪੱਤੀ, ਜਾਇਦਾਦ, ਜ਼ਮੀਨ ਜਾਇਦਾਦ ਉਹਨੂੰ ਸੰਪੱਤੀ ਕਹਿੰਦੇ ਨੇ। ਸਗਲ ਨਾਲ ਤਾਂ ਕਿਹਾ, ਸਗਲ ਦਾ ਅਰਥ ਆ ਸਾਰਾ ਕੁਝ। ਇੱਕ ਬੜਾ ਵੱਡਾ ਸਵਾਲ ਹੈ, ਮਾਇਆ ਛੱਡੋਗੇ ਤਾਂ ਰੱਬ ਮਿਲੇਗਾ,
ਸਤਿਗੁਰੂ ਨੇ ਬਚਨ ਕੀਤਾ ਇਹ ਸਵਾਲ ਨੇ, ਮਾਇਆ ਨੂੰ ਤਾਂ ਤੂੰ ਛੱਡ ਹੀ ਨਹੀਂ ਸਕਦਾ ਕਿਉਂਕਿ ਸਰੀਰ ਮਾਇਆ ਦਾ ਹੀ ਬਣਿਆ। ਸਰੀਰ ਕਿੱਥੋਂ ਬਣਿਆ? ਮਾਇਆ ਵਿੱਚੋਂ ਨਿਕਲਿਆ, ਕਿਵੇਂ ਛੱਡ ਸਕੇਗਾ? ਇਹਦੇ ਵਿੱਚ ਰਹਿ ਕੇ ਜਿੱਦਣ ਕੋਈ ਨਾਮ ਨਾਲ ਜੁੜਦਾ ਅਤੇ ਮਾਇਆ ਜਿਹੜਾ ਸ਼ਬਦ ਹੈ ਨਾ ਉਹਦੇ ਵਿੱਚੋਂ ਇੱਕ ਕੰਨਾ ਲੈ ਜਾਂਦਾ। ਮਾਇਆ ਇੱਕ ਮਾਇਆ ਹੈ ਅਤੇ ਮੰਮੇ ਅੱਖਰ ਦੇ ਨਾਲ ਲੱਗਾ ਕੰਨਾ, ਉਹ ਬਣ ਗਈ ਮਾਇਆ। ਜਿੱਦਣ ਬੰਦਾ ਨਾਮ ਨਾਲ ਜੁੜਿਆ ਅਤੇ ਮਾਇਆ ਦੇ ਵਿੱਚੋਂ ਕੰਨਾ ਨਿਕਲ ਗਿਆ, ਉਹ ਬਣ ਗਈ ਮਾਇਆ। ਮਾਇਆ ਦਾ ਅਰਥ ਹੈ ਕਿਰਪਾ। ਮਾਇਆ ਦੇ ਵਿੱਚ, ਮਾਇਆ ਦੇ ਵਿੱਚ ਹੋ ਜਾਏ ਮਾਇਆ, ਕਿਰਪਾ ਹੋ ਜਾਏ ਰੱਬ ਦੀ, ਇਹ ਕੁਝ ਨਹੀਂ ਕਹਿੰਦੀ। ਸਾਧ ਸੰਗਤ, ਜੇ ਨਾਮ ਨਹੀਂ, ਭਾਵੇਂ ਬੰਦਾ ਜ਼ਮੀਨ 'ਤੇ ਸੁੱਤਾ ਰਹੇ, ਕੱਪੜੇ ਮਿੱਟੀ ਦੇ ਭਰੇ ਰਹਿਣ, ਝੁੱਗੀ ਵਿੱਚ ਰਹੇ, ਕੀ ਫਰਕ ਪੈਂਦਾ? ਇਹ ਕੋਈ ਅੰਦਰ ਦੀ ਗੱਲ ਹੈ। ਹਾਂ, ਇਹ ਗੱਲ ਪੱਕੀ ਹੈ, ਜਿਹੜਾ ਮਨੁੱਖ ਬਹੁਤਾ ਇਹਦੀ ਭੱਜ ਦੌੜ ਵਿੱਚ ਰਹੇਗਾ ਧਰਮ ਨਹੀਂ ਕਮਾ ਸਕੇਗਾ, ਬੜੀ ਪੱਕੀ ਗੱਲ ਹੈ। ਪਰ ਇਹਨੂੰ ਛੱਡਿਆ ਵੀ ਕੋਈ ਪਾਰ ਨਹੀਂ ਲੰਘਿਆ। ਇਸ ਕਰਕੇ ਸਤਿਗੁਰੂ ਨੇ ਕਿਹਾ ਇਹ ਜਿਹੜੀਆਂ ਚੀਜ਼ਾਂ ਨੇ ਨਾ, ਧਨ ਦਾਰਾ ਅਤੇ ਸੰਪੱਤੀ, ਇਹਨਾਂ ਵੱਲ ਵੇਖ। ਸਿੱਖ ਨੇ ਪੁੱਛਿਆ ਮਹਾਰਾਜ ਫਿਰ ਇਹਨੂੰ ਛੱਡ ਦੇਈਏ, ਇਹ ਤਿਆਗ ਦੇਈਏ? ਹਜ਼ੂਰ ਨੇ ਕਿਹਾ ਨਹੀਂ, ਤੂੰ ਇੱਕ ਗਲਤੀ ਕੀਤੀ, ਉਹਦੇ ਬਾਰੇ ਮੈਂ ਤੈਨੂੰ ਦੱਸਾਂ। ਕਿਹੜੀ ਗਲਤੀ? ਜਿਨ ਆਪਣੀ ਕਰਮਾਨ ਤੂੰ ਝੂਠੀ ਮਨੌਤ ਬਣਾ ਲਈ, ਤੂੰ ਇਹਨੂੰ ਆਪਣਾ ਸਮਝ ਲਿਆ, ਵਰਤ ਲੈ, ਇਹ ਵਿੱਚੋਂ ਬਿਰਤੀ ਕੱਢ ਵੀ ਤੇਰੀ ਹੈ, ਪਿੱਛੋਂ ਆਈ ਏ, ਅੱਜ ਤੇਰੇ ਕੋਲ, ਖਿਆਲ ਰੱਖ, ਨਿਕਲ ਜਾਏਗੀ, ਹੱਥ ਹੀ ਨਹੀਂ ਰਹਿਣੇ ਤਾਂ ਇਹ ਕਿਵੇਂ ਰਹੇਗੀ? ਇਹ ਸਾਰਾ ਕੁਝ ਤੇਰੇ ਕੋਲੋਂ ਚਲੇ ਜਾਣ ਵਾਲਾ ਹੈ। ਇਸ ਕਰਕੇ ਵੈਰਾਗ ਦੀ ਸਥਿਤੀ ਬਣਾਉਣ ਵਾਸਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬੜੇ ਪਿਆਰੇ ਬਚਨ ਕਹਿੰਦੇ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਹੀ ਸੁਖ ਸਿਓ ਸਭ ਲਾਗੇ, ਕੋ ਕਾਹੂ ਕੋ ਨਾਹੀ। ਕਹਿੰਦੇ ਤੇਰੇ ਆਪਣੇ ਕਿੰਨੇ ਕੁ ਨੇ, ਦੁਆਲੇ ਝਾਤੀ ਮਾਰ, ਕੌਣ ਨੇ ਇਹ? ਕਦੀ ਸੋਚ ਇਹ ਤੇਰੇ ਕਿਉਂ ਨੇ, ਉਹਦੇ ਵੱਲ ਵੇਖ। ਕੋਈ ਕਾਰਨ, ਕਿਤੇ ਕਿਤੇ ਇਸ ਤਰ੍ਹਾਂ ਦੇ ਸੰਬੰਧ ਹੁੰਦੇ ਨੇ ਸੰਸਾਰ ਵਿੱਚ, ਉਹ ਪਰਿਵਾਰਕ ਵੀ ਨਹੀਂ, ਸਾਧ ਸੰਗਤ ਮਿੱਤਰਤਾ ਹੁੰਦੀ, ਕੋਈ ਸ਼ੱਕ ਨਹੀਂ। ਕੁਝ ਐਸੇ ਲੋਕ ਨੇ ਵਾਕਈ ਮਿੱਤਰ ਨੇ, ਕੋਈ ਸ਼ੱਕ ਨਹੀਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਇੱਕ ਬਚਨ ਕੀਤਾ, ਸਾਹਿਬ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਮਹਾਰਾਜ ਇੱਥੇ ਸਾਰਾ ਕੁਝ ਧੋਖਾ ਦੇਣ ਵਾਲਾ ਹੀ ਹੈ? ਕਹਿੰਦੇ ਨਹੀਂ, ਹੈਣ ਕੁਝ ਧੋਖਾ ਉਹ ਨਹੀਂ ਦਿੰਦੇ। ਕੌਣ ਨੇ? ਕਹਿੰਦੇ ਓਏ ਜੀਵਨ ਦੇ ਵਿਛੋੜੇ ਹੈ, ਓਏ ਮੋਇਆ ਨਾ ਜਾਈ ਛੋੜ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ। ਜਦੋਂ ਕਿਸੇ ਸਾਧ ਸੰਗਤ ਆਪਾਂ ਗੱਲ ਕਰੀਏ ਨਾ ਗੁਰੂ ਸਾਹਿਬ ਦੀ, ਜਾਂ ਜਿਹੜੇ ਰੱਬ ਦੇ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਰਸਾਏ ਗਏ, ਉਹਨਾਂ ਦੀ ਯਾਦ ਵਿੱਚ ਗੱਲ ਕਰੀਏ, ਤਾਂ ਕਈ ਵਾਰੀ ਕੋਈ ਤਰਕ ਕਰਦੇ ਨੇ ਸੱਜਣ, ਕਹਿੰਦੇ ਤੁਸੀਂ ਤਾਂ ਸਰੀਰਾਂ ਦੀ ਗੱਲ ਕਰਦੇ ਹੋ, ਇਹ ਤੁਕ ਗੁਰੂ ਗ੍ਰੰਥ ਸਾਹਿਬ ਦੀ ਹੈ ਨਾ। ਕਹਿੰਦੇ ਜਿਹੜਾ ਗਿਆਸ ਉਹ ਗਿਆ ਉਹ ਥੋੜ੍ਹੀ ਰਹਿੰਦਾ ਹੈ, ਉਹ ਗਿਆ। ਜਦੋਂ ਅਸੀਂ ਇਹ ਸ਼ਬਦ ਕਹੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਛੱਡ ਦਿੱਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਓਏ ਮੋਇਆ ਨਾ ਜਾਈ ਛੋੜ। ਉਹਨਾਂ ਦਾ ਸਰੀਰ ਭਾਵੇਂ ਮਰ ਗਿਆ, ਉਹ ਛੱਡ ਕੇ ਨਹੀਂ ਗਏ। ਹਾਂ, ਕੋਈ ਬੰਦਾ ਭੁਲੇਖੇ ਪਾਉਂਦਾ ਫਿਰੇ ਦੁਨੀਆਂ ਨੂੰ, ਬੜੇ ਲੋਕ ਨੇ, ਬੜੇ ਮਿਲਦੇ ਨੇ। ਕਿਤੇ ਕਥਾ ਕਰੀਏ, ਇੱਕ ਸੱਜਣ ਮਿਲੇ ਇੱਧਰ ਅੰਮ੍ਰਿਤਸਰ ਸਾਹਿਬ ਵੱਲ, ਕਥਾ ਸੁਣੀ, ਬਾਅਦ ਵਿੱਚ ਗੁਰੂ ਕੀ ਸੰਗਤ ਆਈ, ਆ ਕੇ ਕਹਿਣ ਲੱਗੇ ਜੀ ਫਲਾਣਾ ਗੁਰੂ ਮੈਨੂੰ ਕੱਲ੍ਹ ਮਿਲਿਆ ਸੀ, ਦੂਸਰਾ ਪਰਸੋਂ, ਤੀਜਾ, ਇੰਨੇ ਸੰਤ ਮਿਲੇ ਸਨ। ਮੈਂ ਕਿਹਾ ਉਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਤੇਰੇ ਤੋਂ ਬਿਨਾਂ, ਤੈਨੂੰ ਹੀ ਮਿਲਣ ਆਉਂਦੇ ਨੇ ਸਾਰੇ, ਇੰਨਾ ਵੱਡਾ ਪੰਥ ਹੈ, ਹੋਰ ਤਾਂ ਕਿਤੇ ਕੰਮ ਹੀ ਕੋਈ ਨਹੀਂ ਹੈ। ਇਹ ਹੈ ਸਾਧ ਸੰਗਤ, ਇਹ ਦਾਤਾਂ ਨੇ
ਇਹ ਮਨੁੱਖ ਦਾ ਨਿੱਜੀ ਜੀਵਨ ਹੈ, ਇਹ ਦੂਜੇ ਨਾਲ ਸੰਬੰਧਿਤ ਨਹੀਂ, ਇਹ ਆਪਣੇ ਨਾਲ ਸੰਬੰਧਿਤ ਹੈ। ਉਹ ਜਿਉਂਦੇ ਨੇ ਸਦਾ, ਕੋਈ ਸ਼ੱਕ ਨਹੀਂ। ਹਾਂ, ਇਹਨਾਂ ਸਰੀਰਾਂ ਵਰਗੇ ਨਹੀਂ ਸਾਡੇ ਵਰਗੇ ਉਹ। ਅਸੀਂ ਤਾਂ ਇੰਨੇ ਦਾਇਰੇ ਵਿੱਚ ਵੱਜ ਚੁੱਕੇ ਹਾਂ ਵੀ ਜਿਵੇਂ ਜਿਹੜੀ ਰੋਟੀ ਮੈਂ ਖਾਂਦਾ ਉਹ ਹੀ ਹੈ, ਜਾਂ ਜਿਹੜੀ ਸਵਾਸ ਮੈਂ ਲੈਂਦਾ ਇਹੀ ਸਵਾਸ ਹੈ। ਪਤਾ ਨਹੀਂ ਅਸੀਂ ਬਾਣੀ ਨੂੰ ਗਉ ਨਾਲ ਪੜ੍ਹਿਆ ਨਹੀਂ ਜਾਂ ਸੁਣਿਆ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ, ਸੱਜਣਾ ਜਿਹੜੀ ਹਵਾ ਦਾ ਤੂੰ ਸਵਾਸ ਲੈਂਦਾ ਨਾ, ਇਹ ਜ਼ਰੂਰੀ ਨਹੀਂ ਹਵਾ ਇੱਕ ਹੈ। ਪੜ੍ਹ ਬਾਬੇ ਨਾਨਕ ਦੀ ਬਾਣੀ, ਕੇਤੇ ਪਵਣ। ਕਿੰਨੀ ਤਰ੍ਹਾਂ ਦੀ ਪਵਣ ਹੈ, ਬੜੀ ਤਰ੍ਹਾਂ ਦੀ ਪਵਣ ਹੈ। ਇਸ ਆਕਸੀਜਨ ਤੋਂ ਬਿਨਾਂ ਵੀ ਕੁਝ ਲੋਕ ਹੋਰ ਤਰ੍ਹਾਂ ਦੀ ਪਵਣ ਨਾਲ ਜਿਉਂ ਸਕਦੇ। ਕੇਤੇ ਪਵਣ ਪਾਣੀ, ਜ਼ਰੂਰੀ ਨਹੀਂ ਆਹ ਪਾਣੀ ਤੇਰੇ ਵਾਲੇ ਹੀ ਸਾਰਿਆਂ ਵਾਸਤੇ, ਹੋਰ ਵੀ ਧਰਤੀਆਂ ਨੇ ਬੜੀਆਂ, ਹੋਰ ਵੀ ਬੜੀ ਤਰ੍ਹਾਂ ਦੇ ਤੱਤਾਂ ਦੇ ਜੀਵ ਨੇ, ਉਹ ਵੱਖਰੇ ਵੱਖਰੇ ਪਾਣੀ ਪੀਂਦੇ ਨੇ, ਤੇਰੇ ਵਾਲਾ ਪਾਣੀ ਨਹੀਂ। ਤੂੰ ਕਿਉਂ ਇਸ ਖੂਹ ਦੇ ਦਾਇਰੇ ਵਿੱਚ ਫਸ ਗਿਆ, ਛੱਡ ਇਹਨੂੰ। ਕੇਤੇ ਪਵਣ ਪਾਣੀ ਬੈ ਸੰਤਰ, ਅੱਗ ਵੀ ਕਿੰਨੀ ਤਰ੍ਹਾਂ ਦੀ, ਕਈ ਪ੍ਰਕਾਰ ਦਾ ਹੈ ਸਾਰਾ ਕੁਝ, ਇੱਕੋ ਜਿਹਾ ਨਹੀਂ। ਇਸ ਕਰਕੇ ਜਦੋਂ ਬੰਦਾ ਹੰਕਾਰ ਨੂੰ ਛੱਡੇਗਾ ਤਾਂ ਫਿਰ ਬੜਾ ਕੁਝ ਦਿਸਣ ਦੀ ਸੰਭਾਵਨਾ ਹੈ। ਇਸ ਲਈ ਸਾਹਿਬ ਨੇ ਕਿਹਾ, ਪ੍ਰੀਤ ਜ਼ਰੂਰ ਕਰ ਕਿਹਨਾਂ ਨਾਲ। ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਨਾਨਕ ਕਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੋੜੈ। ਸੰਸਾਰੀ ਬਿਰਤੀ ਵਾਲੇ, ਭਾਵੇਂ ਪਰਿਵਾਰ ਵਾਲੇ ਹੋਣ, ਭਾਵੇਂ ਧਰਮ ਵਾਲੇ ਹੋਣ, ਭਾਵੇਂ ਕੋਈ ਹੋਣ, ਉਹ ਤਾਂ ਉਨ੍ਹਾਂ ਚਿਰ ਹੀ ਰਹਿੰਦੇ ਨੇ ਜਿੰਨਾ ਚਿਰ ਬੁਰਕੀ ਮੂੰਹ ਵਿੱਚ ਪਾਓ, ਨਹੀਂ ਤਾਂ ਛੱਡ ਕੇ ਪਾਸੇ ਹੋ ਗਏ। ਮਿੱਤਰਤਾ ਉਹ ਹੈ ਜਿਹੜੀ ਭੁੱਖ ਨੰਗ ਵਿੱਚ ਵੀ ਕਾਇਮ ਰਹੇ, ਸੰਬੰਧ ਉਹ ਨੇ ਜਿਹੜੇ ਸੁੱਖ ਵਿੱਚ ਵੀ ਉਸੇ ਤਰ੍ਹਾਂ ਰਹਿਣ ਅਤੇ ਦੁੱਖ ਵਿੱਚ ਵੀ ਉਸੇ ਤਰ੍ਹਾਂ ਰਹਿਣ। ਓਏ ਮੋਇਆ ਨਾ ਜਾਈ ਛੋੜ, ਉਹ ਨਹੀਂ ਵਿਛੜਦੇ। ਇਸ ਲਈ ਹਜ਼ੂਰ ਨੇ ਕਿਹਾ, ਕੋਈ ਸ਼ੱਕ ਨਹੀਂ, ਦੋਸਤੀ ਕਰ। ਸਾਹਿਬ ਕਹਿੰਦੇ ਗੁਰਮੁਖ ਸਿਉਂ ਕਰ ਦੋਸਤੀ, ਇਹ ਵੇਖ ਦੋਸਤੀ ਕਿਹਦੇ ਨਾਲ ਕਰਨੀ ਹੈ। ਇਹ ਸ਼ਬਦ ਟਕਰਾਉਂਦੇ ਨੇ ਕਿਤੇ ਦਿਸਦੇ, ਜਿਹਦੇ ਵਿੱਚ ਸਾਹਿਬ ਕਹਿੰਦੇ ਕਿਸ ਨਾਲ ਕੀਜੈ ਦੋਸਤੀ, ਸਭ ਜਗ ਚੱਲਣ ਹਾਰ। ਪੁੱਛਦੇ ਨੇ ਰੱਬ ਨੂੰ, ਦੋਸਤੀ ਕਿਹਦੇ ਨਾਲ ਕਰਾਂ, ਜਿਨ੍ਹਾਂ ਨਾਲ ਦੋਸਤੀ ਪਾਈ ਇਹ ਪਤਾ ਹੀ ਨਹੀਂ ਕਿੰਨਾ ਚਿਰ ਮੇਰੇ ਨਾਲ ਰਹਿਣਗੇ। ਹਜ਼ੂਰ ਨੇ ਜਵਾਬ ਦਿੱਤਾ, ਸਿੱਖ ਨੇ ਪੁੱਛਿਆ ਕਿਸ ਨਾਲ ਕੀਜੈ ਦੋਸਤੀ, ਜਵਾਬ ਵੀ ਦੇ ਦਿੱਤਾ। ਸਾਹਿਬ ਕਹਿੰਦੇ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਕਰ ਸਕਣਾ ਦੋਸਤੀ। ਪਰ ਜਿਨ੍ਹਾਂ ਦੇ ਸੰਬੰਧ ਕੇਵਲ ਮਾਇਆ ਵਾਸਤੇ ਨੇ ਉਹ ਤੇਰੇ ਸੰਗੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਪ੍ਰੀਤਮ ਜਾਣ ਲਿਹੋ ਮਨ ਮਾਹੀ। ਪ੍ਰੀਤਮ ਦੇ ਅਰਥ ਵੈਸੇ ਪਰਮਾਤਮਾ ਵੀ ਨੇ ਕਈ ਥਾਵਾਂ 'ਤੇ, ਇੱਥੇ ਪ੍ਰੀਤਮ ਦੇ ਅਰਥ ਨੇ ਜਿਹਨੂੰ ਕਹਿ ਰਹੇ ਨੇ ਹੇ ਪਿਆਰੇ, ਹੇ ਪ੍ਰੀਤਮ, ਹੇ ਜਗਿਆਸੂ, ਹੇ ਗੁਰਮੁਖ, ਧਿਆਨ ਨਾਲ ਸੁਣ, ਤੂੰ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਸਮਝ ਲੈ, ਜਾਣ ਲੈ ਕੀ ਜਾਣੀਏ। ਕਹਿੰਦੇ ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕੋ ਕਾਹੂ ਕੋ ਨਾਹੀ। ਸੁੱਖ ਵਾਸਤੇ ਆਏ ਨੇ। ਫਿਰ ਸਾਹਿਬ ਕਹਿੰਦੇ ਸੁਖ ਮਹਿ ਆਣ ਬਹੁਤ ਮਿਲ, ਬੈਠਤ ਰਹਿਤ ਚਹੁ ਦਿਸ ਘੇਰੈ। ਸਾਧ ਸੰਗਤ, ਸੱਚੇ ਪਾਤਸ਼ਾਹ ਦੀ ਬਾਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ, ਜਦੋਂ ਬੰਦਾ ਕਿਤੇ ਜੋਬਨ ਜਵਾਨੀ ਮਾਇਆ ਦੇ ਰੰਗ ਵਿੱਚ ਰੰਗਿਆ ਹੋਵੇ ਨਾ, ਕਈ ਵਾਰੀ ਇਹ ਸ਼ਬਦ ਪੜ੍ਹਦਾ ਸੁਣਦਾ ਵੀ ਮੁਨਕਰ ਹੋ ਜਾਂਦਾ ਵੀ ਇਹ ਨਹੀਂ ਹੋ ਸਕਦਾ, ਸੰਸਾਰ ਤਾਂ ਮਿੱਠਾ ਹੀ ਬੜਾ ਹੈ। ਫਿਰ ਗੁਰੂ ਜਦੋਂ ਵਿਖਾਉਂਦਾ ਨਾ ਸਾਰਾ ਕੁਝ ਵੀ, ਵੇਖ ਹੁਣ ਕਿੰਨੇ ਕੁ ਨੇ ਤੇਰੇ ਮਿੱਤਰ। ਫਿਰ ਆ ਕੇ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਸੀਂ ਬਾਕੀ ਸੱਚ ਕਿਹਾ ਸੀ, ਇਹ ਤਾਂ ਇਸੇ ਤਰ੍ਹਾਂ ਹੀ ਨਿਕਲੇ। ਇਹਦੇ ਅਰਥ ਇਹ ਨਾ ਸਮਝਣਾ ਵੀ ਸੰਸਾਰ ਨਾਲ ਵਿਚਰਨਾ ਨਹੀਂ, ਰਹਿਣਾ ਨਹੀਂ, ਇਹ ਨਹੀਂ ਗੱਲ। ਸਿਰਫ ਉਹ ਥਾਂ ਦੱਸ ਰਹੇ ਨੇ ਤੂੰ ਕਿੱਥੇ ਕੰਮ ਕਰਨਾ ਸੰਸਾਰ, ਨਹੀਂ ਤਾਂ ਸੰਸਾਰ ਦੀ ਹਾਲਤ ਦੱਸੀ। ਕਹਿੰਦੇ ਸੁਖ ਮੈਂ ਆਣ ਬਹੁਤ ਮਿਲ, ਬੈਠ ਤੁਰਹਿਤ ਚਹੁ ਦਿਸ ਘੇਰੈ। ਜਦੋਂ ਸੁਖ ਆਉਂਦਾ,
ਚੌਵਾਂ ਪਾਸੇ ਘੇਰੇ ਪੈ ਰਹਿੰਦੇ ਨੇ, ਚੌਵਾਂ ਪਾਸਿਓਂ ਪੁੱਛ ਗਿੱਛ ਵੀ ਹੁੰਦੀ ਹੈ। ਬਿਪਤ ਪਰੀ ਸਭ ਹੀ ਸੰਗ ਛਾੜਤ, ਜਦੋਂ ਦਿਸਿਆ ਵੀ ਇਹਦੀ ਜੇਬ ਖਾਲੀ ਹੋਣ ਲੱਗੀ ਹੈ, ਆਦਮੀ ਅੱਗੋਂ ਆਉਂਦੇ ਨੂੰ ਵੇਖ ਕੇ ਗਲੀ ਬਦਲ ਜਾਂਦਾ ਵੀ ਕਿਤੇ ਮੰਗ ਨਾ ਲਏ, ਕੁਝ ਇਹਦੇ ਕੋਲ ਨਹੀਂ ਕੁਝ ਰਿਹਾ, ਘਾਟਾ ਪੈ ਗਿਆ। ਰੱਬ ਦਾ ਸੁਭਾਅ ਕਿਵੇਂ ਦਾ ਹੈ, ਗੁਰੂ ਦਾ ਸੁਭਾਅ ਕਿਵੇਂ ਦਾ ਹੈ? ਗੁਰੂ ਨੂੰ ਕਿਹਾ ਗਰੀਬ ਨਵਾਜ਼, ਗਰੀਬ ਨਵਾਜ਼ ਨਾ ਦੂਸਰ ਤੋਸੋ। ਗੁਰੂ ਗਰੀਬਾਂ ਨੂੰ ਲੱਭਦਾ ਫਿਰਦਾ ਹੈ, ਸੰਸਾਰ ਅਮੀਰਾਂ ਨੂੰ ਲੱਭਦਾ ਫਿਰਦਾ ਹੈ। ਗੁਰੂ ਲੱਭਦਾ ਕੋਈ ਡਿੱਗਿਆ ਹੋਵੇ ਹੋਇਆ ਮਿਲੇ ਉਹਨੂੰ ਚੁੱਕਾਂ, ਕੋਈ ਗਰੀਬ ਮਿਲੇ ਸੰਸਾਰ ਲੱਭਦਾ, ਕੋਈ ਅਮੀਰ ਮਿਲੇ ਸੰਬੰਧ ਹੀ ਉੱਥੇ ਬੰਦਾ ਜੋੜਦਾ। ਤੁਸੀਂ ਵੇਖੋਗੇ ਹਰ ਇੱਕ ਖੇਤਰ ਵਿੱਚ ਚਲੇ ਜਾਓ, ਇੱਕ ਬੰਦਾ ਸੋਚਦਾ ਮੈਂ ਐਸੇ ਬੰਦਿਆਂ ਦੇ ਟੋਲੇ ਵਿੱਚ ਵੜ ਜਾਵਾਂ ਜਿਹੜੇ ਬੜੇ ਵੱਡੇ ਨੇ, ਉਹਨਾਂ ਦੇ ਘੇਰੇ ਵਿੱਚ ਰਹਾਂ। ਉਸ ਦੌਰਾਨ ਜੇ ਕੋਈ ਮਾੜਾ ਮੋਟਾ ਕੀੜਾ ਚਲਾ ਜਾਏ, ਦਰਵਾਜ਼ਾ ਨਹੀਂ ਖੋਲ੍ਹਦਾ। ਜੇ ਕਹੋ ਤਾਂ ਫਿਰ ਕਹਿੰਦੇ ਜੀ ਬਹੁਤ ਵਿਅਸਤ ਹੈ ਅਤੇ ਸਮਾਂ ਹੀ ਨਹੀਂ ਜੀ, ਉੱਥੇ ਸਮਾਂ ਨਹੀਂ। ਪਰ ਉਹ ਵੀ ਲੋਕ ਨੇ ਜਿਨ੍ਹਾਂ ਨੂੰ ਆਪ ਸੱਦਦਾ ਹੈ, ਆਪ ਜਿਨ੍ਹਾਂ ਦੇ ਕੋਲ, ਉੱਥੇ ਸਮਾਂ ਕਿਉਂ ਕੱਢਦਾ ਹੈ? ਉਹਦਾ ਕਾਰਨ ਇਹ ਹੈ ਗੁਰੂ ਕੇ ਸਵਾਰਿਓ, ਬੰਦੇ ਦਾ ਸੁਭਾਅ ਹੈ ਉੱਚਿਆਂ ਨਾਲ ਦੋਸਤੀ ਪਾਣੀ, ਰੱਬ ਦਾ ਸੁਭਾਅ ਹੈ ਨੀਵਿਆਂ ਨਾਲ ਮਿੱਤਰਤਾ ਪਾਉਣ। ਕਲਗੀਆਂ ਵਾਲੇ ਨੇ ਕਿਹਾ ਮੇਰਾ ਰੱਬ ਕਿਵੇਂ ਦਾ ਹੈ, ਕਿਸੇ ਨੇ ਕਿਹਾ ਸੀ ਸੱਚੇ ਪਾਤਸ਼ਾਹ ਕੀ ਸਾਰੀ ਉਮਰ ਆਪ ਵੀ ਵਕਤਾਂ ਵਿੱਚ ਬੱਚੇ ਵੀ ਕਿਤੇ ਬੈਠ ਜਾਓ ਆਰਾਮ ਨਾਲ। ਕਹਿੰਦੇ ਕੀ ਕਰੀਏ, ਕਹਿੰਦੇ ਪਹਾੜੀ ਰਾਜਿਆਂ ਗੱਲ ਕਰ ਲਓ ਭੀਮ ਚੰਦ ਦੇ ਨਾਲ, ਭੀਮ ਚੰਦ ਦੇ ਨਾਲ ਗੱਲ ਕਰੋ, ਭੀਮ ਚੰਦ ਦੇ ਨਾਲ ਤੁਸੀਂ ਸੁਲਾਹ ਕਰੋ। ਹਜ਼ੂਰ ਨੇ ਕਿਹਾ ਹੋਰ ਕੀ ਕਰੀਏ, ਕਹਿੰਦੇ ਔਰੰਗਜ਼ੇਬ ਨਾਲ ਗੱਲ ਕਰ ਲਓ, ਮਿੱਤਰਤਾ ਪਾਉਣਾ ਚਾਹੁੰਦਾ ਪਾਓ। ਸੱਚੇ ਪਾਤਸ਼ਾਹ ਨੇ ਕਿਹਾ ਗੱਲ ਤੇਰੀ ਬੜੀ ਠੀਕ ਹੈ, ਗੱਲ ਤੇਰੀ ਬਹੁਤ ਵਧੀਆ, ਕਿਉਂਕਿ ਜੇ ਉਹਨਾਂ ਨਾਲ ਮਿੱਤਰਤਾ ਪਏਗੀ ਕੀ ਪਤਾ ਮੈਨੂੰ ਪੰਜਾਬ ਦਾ CM ਹੀ ਬਣਾ ਦੇਣ, ਬਣਾ ਸਕਦੇ ਸਨ ਕੋਈ ਸ਼ੱਕ ਨਹੀਂ, ਕੀ ਪਤਾ ਇੱਕ ਜ਼ਿਲ੍ਹੇ ਦੀ ਜਾਇਦਾਦ ਮੇਰੇ ਨਾਂ ਲਾ ਦੇਣ, ਸਾਰਾ ਕੁਝ ਮਿਲ ਜਾਏਗਾ। ਪਰ ਪੁੱਛਣ ਵਾਲਿਆ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ, ਜਿਸ ਰੱਬ ਨਾਲ ਮੇਰੀ ਗਲਵਕੜੀ ਪੈਂਦੀ ਹੈ ਨਾ, ਜਿਸ ਰੱਬ ਨਾਲ ਮੇਰਾ ਪਿਆਰ ਹੈ, ਉਹਦਾ ਸੁਭਾਅ ਪਤਾ ਹੀ ਕਿਵੇਂ ਦਾ, ਉਹਨੇ ਦੂਜੇ ਦਿਨ ਰੁੱਸ ਜਾਣਾ ਮੇਰੇ, ਉਹਨੇ ਮੂੰਹ ਫੇਰ ਜਾਣਾ ਹੈ। ਉਹਦਾ ਸੁਭਾਅ ਹੈ ਗਣੀ ਮੁੱਲ ਸ਼ਿਕਸਤ ਹੈ, ਗਰੀਬਲ ਪ੍ਰਸਤ ਹੈ। ਉਹ ਗਰੀਬਲ ਪ੍ਰਸਤ ਗਰੀਬਾਂ ਨੂੰ ਪਿਆਰ ਕਰਦਾ ਅਤੇ ਜਿਹੜੇ ਹੰਕਾਰੀ ਨੇ ਉਹਨਾਂ ਨੂੰ ਸ਼ਿਕਸਤ ਦਿੰਦਾ, ਉਹਨਾਂ ਨੂੰ ਹਾਰ ਦਿੰਦਾ। ਹੁਣ ਦੱਸ, ਮੈਂ ਸੰਸਾਰ ਦੀ ਜਾਇਦਾਦ ਵਾਸਤੇ ਆਪਣੇ ਰੱਬ ਨੂੰ ਰੁਸਾ ਦਿਆਂ ਕਿ ਇੱਥੇ ਜਾਇਦਾਦ ਬਣਾ ਲਵਾਂ, ਦੋਵਾਂ ਵਿੱਚੋਂ ਕਿਹੜਾ ਕੰਮ ਕਰਾਂ, ਇਹ ਨਹੀਂ ਮੇਰੇ ਧੋਵੇਗਾ। ਸਾਧ ਸੰਗਤ 'ਤੇ ਬਦਲ ਲੈਂਦੇ ਗੁਰੂ ਗੋਬਿੰਦ ਸਿੰਘ, ਅਤੇ ਸ਼ਾਇਦ ਕਿਲ੍ਹਾ ਵੀ ਨਾ ਛੱਡਣਾ ਪੈਂਦਾ, ਕਿਉਂਕਿ ਕੁਝ ਮਿਲਦਾ ਆਉਣੇ ਸਨ ਤੋਹਫੇ ਦਿੱਲੀਓਂ, ਬੜਾ ਕੁਝ ਮਿਲਣਾ ਸੀ। ਪਰ ਸਾਧ ਸੰਗਤ ਬੜਾ ਕੁਝ ਮਿਲ ਕੇ ਪਤਾ ਨਹੀਂ ਕਿੰਨਾ ਕੁ ਗਵਾਚ ਜਾਣਾ ਸੀ। ਇਸ ਲਈ ਉਹਨਾਂ ਨੇ ਕਿਹਾ ਰੱਬ ਦਾ ਸੁਭਾਅ ਹੈ ਗਣੀ ਮੁੱਲ ਸ਼ਿਕਸਤ ਹੈ। ਗਣੀ ਦਾ ਅਰਥ ਹੈ, ਵੈਸੇ ਗਣੀ ਦਾ ਅਰਥ ਅਮੀਰ ਹੈ, ਇੱਥੇ ਅਰਥ ਹੋਣਗੇ ਹੰਕਾਰੀ ਅਮੀਰ। ਸ਼ਿਕਸਤ ਦਾ ਅਰਥ ਹੈ ਭਾਂਜ ਦੇਣਾ, ਹਰਾ ਦੇਣਾ। ਗਰੀਬ ਉਲ ਪ੍ਰਸਤ ਹੈ, ਗਰੀਬ ਪ੍ਰਸਤ ਦਾ ਅਰਥ ਹੈ ਗਰੀਬ ਦਾ ਅੰਗ ਲੈਣ ਵਾਲਾ, ਸਹਾਰਾ ਉੱਧਰ। ਪਰ ਸੰਸਾਰ ਦੀ ਕਿਰਿਆ ਕਹਿਣ ਲੱਗੇ ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇੜੇ। ਫਿਰ ਸੱਚੇ ਪਾਤਸ਼ਾਹ ਨੇ ਇੱਕ ਸਭ ਤੋਂ ਨੇੜਲਾ ਸੰਬੰਧ ਦੱਸਿਆ। ਹਜ਼ੂਰ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾ ਸਿਉਂ, ਸਦਾ ਰਹਿਤ ਸੰਗ ਲਾਗੀ। ਇਸਤਰੀ ਦਾ ਸੰਬੰਧ ਬੜਾ ਨੇੜਲਾ ਹੈ, ਪਤੀ ਦਾ ਸੰਬੰਧ ਵੀ ਇਹਦੇ ਨਾਲ ਹੀ ਇੱਕੋ ਹੀ ਅਰਥ ਬਣਦੇ ਨੇ, ਇਸਤਰੀ ਪਤੀ ਦਾ ਬੜਾ ਸੰਬੰਧ ਹੈ। ਸਤਿਗੁਰੂ ਨੇ ਕਿਹਾ ਕਦੀ ਦੂਰ ਨਹੀਂ ਹੋਈ। ਕਹਿੰਦੇ ਜਿੱਦਣ ਇਹਦੇ ਸਰੀਰ ਦੇ ਵਿੱਚੋਂ ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਫਿਰ ਕਹਿੰਦੀ ਹੱਥ ਨਾ ਲਾਓ ਜੀ, ਭੂਤ ਹੈ। ਤੁਸੀਂ ਕਦੀ ਵੇਖ
ਉਹ ਹੀ ਘਰ ਵਾਲੀ ਕਹਿੰਦੇ ਪ੍ਰੇਤ ਪ੍ਰੇਤ ਕਰ ਭਾਗੀ। ਇਹ ਕੋਈ ਕਥਨੀ ਨਹੀਂ ਕੱਲੀ, ਇਹ ਸੱਚ ਹੈ। ਉਹ ਹੀ ਬੰਦਾ ਹੁੰਦਾ ਹੈ, ਉਹ ਹੀ ਮਨੁੱਖ ਹੁੰਦਾ ਹੈ। ਸਾਧ ਸੰਗਤ ਉਹਦੇ ਤੋਂ ਕੋਈ ਨਫ਼ਰਤ ਨਹੀਂ ਕਰਦਾ। ਅਤੇ ਜਦੋਂ ਅੰਤਿਮ ਸੰਸਕਾਰ ਕਰਕੇ ਮੁੜਦੇ ਨੇ, ਪਹਿਲਾਂ ਤਾਂ ਰਿਵਾਜ਼ ਸੀ, ਹੁਣ ਵੀ ਹੈ, ਉੱਥੇ ਇਸ਼ਨਾਨ ਕਰਦੇ ਨੇ ਰਾਹ ਵਿੱਚ ਕਿਸੇ ਨਹਿਰ 'ਤੇ, ਨਦੀ 'ਤੇ। ਕੋਈ ਪੰਜ ਇਸ਼ਨਾਨਾਂ ਕਰਦਾ, ਪੁੱਛੋ ਜੀ ਕਿਉਂ? ਕਹਿੰਦੇ ਅਪਵਿੱਤਰ ਸੀ ਜਿਹਨੂੰ ਜਿਹਦਾ ਸੰਸਕਾਰ ਕਰਨ ਗਏ ਸੀ। ਸਾਡੇ 'ਤੇ ਵੀ ਅਪਵਿੱਤਰਤਾ ਆ ਗਈ। ਇਹ ਇੱਕ ਬੜਾ ਵੱਡਾ ਲੱਛਣ ਹੈ, ਇਹ ਸਵਾਲ ਹੈ ਬੰਦੇ ਦੇ ਮਨ 'ਤੇ। ਦਸ ਸੱਜਣਾ ਉਸ ਬੰਦੇ ਵਿੱਚੋਂ ਕਿਹੜੀ ਚੀਜ਼ ਨਿਕਲ ਗਈ ਜਿਹਦੇ ਕਰਕੇ ਉਹਨੂੰ ਪ੍ਰੇਤ ਵੀ ਕਹਿੰਦੇ ਨੇ ਅਤੇ ਅਪਵਿੱਤਰ ਵੀ ਕਹਿੰਦੇ ਨੇ? ਅੱਜ ਉਹ ਤੇਰੇ ਕੋਲ ਹੈ ਜੋਤ, ਅੱਜ ਤੂੰ ਉਹਦਾ ਇਸਤੇਮਾਲ ਨਹੀਂ ਕਰਦਾ, ਅੱਜ ਤੂੰ ਉਹਨੂੰ ਵਰਤਦਾ ਨਹੀਂ। ਇਸ ਲਈ ਸਾਹਿਬ ਕਹਿੰਦੇ, ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨਿਹੋਂ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਇੱਥੇ ਜੋੜ ਲਾ ਦਿੱਤਾ, ਕਿਉਂਕਿ ਸੰਸਾਰ ਵਿੱਚ ਵੀ ਉਹ ਮਨੁੱਖ ਠੀਕ ਢੰਗ ਨਾਲ ਜੀਵੇਗਾ ਜਿਹੜਾ ਮੌਤ ਵਿੱਚੋਂ ਗੁਜ਼ਰ ਗਿਆ। ਇਹ ਜਿਹੜੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ, ਬਹੁਤੇ ਤਾਂ ਲੋਕ ਡਰਦੇ, ਇਹਨੂੰ ਸੁਣਦੇ ਹੀ ਘੱਟ ਨੇ। ਕਿਸੇ ਸੱਜਣ ਦਾ ਮੈਨੂੰ ਫੋਨ ਆਇਆ, ਕਹਿੰਦੇ ਇਸ ਬਾਣੀ ਦੀ ਕਥਾ ਕਰ, ਡਰ ਤਾਂ ਬਹੁਤ ਆਉਂਦਾ ਹੋਵੇਗਾ। ਡਰ ਵਾਲੀ ਗੱਲ ਨਹੀਂ, ਸਾਧ ਸੰਗਤ ਹੋਰ ਭਾਵੇਂ ਕੁਝ ਟਲ ਜਾਏ, ਇਹਨੇ ਨਹੀਂ ਟਲਣਾ। ਜਿਹੜਾ ਹੋਣਾ ਹੀ ਹੈ ਫਿਰ ਉਹਨੂੰ ਪਹਿਲਾਂ ਸਵੀਕਾਰ ਕਰਨਾ ਚੰਗਾ ਨਹੀਂ? ਉਹਨੂੰ ਪਹਿਲਾਂ ਸਵੀਕਾਰ ਕਰ ਲੈਣਾ ਚਾਹੀਦਾ। ਹੋ ਸਕਦਾ ਅਮੀਰ ਹੋਈਏ ਕਿ ਨਾ ਹੋਈਏ, ਸੁਪਨਾ ਬੰਦੇ ਦਾ। ਹੋ ਸਕਦਾ ਉਹਦਾ ਮਿਲੇ ਕਿ ਨਾ ਮਿਲੇ, ਕੋਈ ਪੱਕਾ ਨਹੀਂ। ਕੁਝ ਹੋਵੇ ਕਿ ਨਾ ਹੋਵੇ, ਪਰ ਇੱਕ ਤਾਂ ਪੱਕਾ ਹੈ ਵੀ ਇਹ ਤਾਂ ਹੋਣਾ ਹੀ ਹੋਣਾ ਜੋ ਕੁਝ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ। ਫਿਰ ਇਹਨੂੰ ਜਿਨ੍ਹਾਂ ਨੇ ਸਮਝ ਲਿਆ, ਜਿਹੜੇ ਇਹਦੇ ਵਿੱਚੋਂ ਗੁਜ਼ਰੇ ਨੇ, ਉਹਨਾਂ ਨੂੰ ਮੌਤ ਤੋਂ ਪਾਰ ਜਾਣ ਦੀ ਕਿਵੀਆਂ ਰਸਤਾ ਗੁਰੂ ਨੇ ਖੋਲ੍ਹ ਕੇ ਦੱਸ ਦਿੱਤਾ। ਇੱਧਰੋਂ ਨਿਕਲੀ ਦਾ ਜਿੱਥੇ ਮੌਤ ਨਹੀਂ ਜਾਂਦੀ, ਉੱਥੇ ਫਿਰ ਸਾਧ ਸੰਗਤ ਸਿੱਖ ਨੂੰ ਦੱਸਿਆ, ਇਹ ਹੈ ਰਸਤਾ ਜਿੱਥੇ ਮੌਤ ਨਹੀਂ ਪਹੁੰਚਦੀ, ਇੱਥੇ ਫੁੱਲ ਖਿੜੇ ਨੇ ਜੀਵਨ ਦੇ ਸਦਾ ਵਾਸਤੇ। ਉਹ ਜੀਵਨ ਕਦੀ ਕੁਮਲਾਉਂਦਾ ਨਹੀਂ, ਉਹ ਮੇਲਾ ਕਦੀ ਉੱਜੜਦਾ ਨਹੀਂ, ਉਹ ਤਾਰੇ ਸਦਾ ਚਮਕਦੇ ਨੇ, ਕਦੀ ਉਹਨਾਂ 'ਤੇ ਥਾਂ 'ਤੇ ਹਨੇਰਾ ਨਹੀਂ। ਉਹ ਵੀ ਰਾਹ ਵਿਖਾਇਆ। ਇਸ ਲਈ ਕਹਿੰਦੇ ਨੇ, ਤੂੰ ਇਹਨਾਂ ਚੀਜ਼ਾਂ ਨੂੰ ਆਪਣਾ ਕਰਕੇ ਮੰਨਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ। ਤੂੰ ਇਹਨਾਂ ਨੂੰ ਆਪਣਾ ਸਮਝਿਆ, ਗਲਤੀ ਕਰ ਲਈ, ਵਰਤ ਇਹਨਾਂ ਨੂੰ, ਰਹਿ ਇਹਨਾਂ ਦੇ ਵਿੱਚ, ਚੰਗੀ ਤਰ੍ਹਾਂ ਇਹਨਾਂ ਦੀ ਵਰਤੋਂ ਵੀ ਕਰ। ਇੱਕ ਨਾ ਗਲਤੀ ਕਰੀ ਕਿ ਇਹ ਮੇਰਾ ਹੈ ਸਾਰਾ ਕੁਝ। ਜਿਨ ਆਪਣੀ ਕਰ ਮਾਨ, ਇਹ ਤੇਰਾ ਨਹੀਂ। ਹਾਂ, ਇਹ ਜਿਹਦਾ ਹੈ, ਜਿਹਨੇ ਬਣਾਇਆ ਉਹਦਾ ਹੈ, ਤੂੰ ਉਹਦਾ ਬਣ ਜਾ, ਇਹ ਸਾਰਾ ਕੁਝ ਤੇਰਾ ਹੋ ਜਾਏਗਾ। ਜਿਸ ਰੱਬ ਨੇ ਸੰਸਾਰ ਬਣਾਇਆ ਤੇਰਾ, ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਉਹਨੂੰ ਜਿੱਦਣ ਤੂੰ ਆਪਣਾ ਆਪ ਸੌਂਪ ਦਿੱਤਾ, ਤਾਂ ਫਿਰ ਜੋ ਕੁਛ ਠਾਕੁਰ ਕਾ ਸੋ ਸੇਵਕ ਕਾ, ਸੰਸਾਰ ਤੇਰਾ ਬਣ ਜਾਏਗਾ, ਬਿਲਕੁਲ ਬਣੇਗਾ। ਜਦੋਂ ਮਰਜ਼ੀ ਵਰਤੋਂ ਕਰ ਲਈ, ਮੌਤ ਤੋਂ ਬਾਅਦ ਵੀ ਤੇਰਾ, ਜੀਵਨ ਵੇਲੇ ਵੀ ਤੇਰਾ ਹੈ। ਪਰ ਤੂੰ ਕਹਿੰਦਾ ਮੈਂ ਰੱਬ ਦਾ ਨਹੀਂ ਬਣਨਾ, ਸੰਸਾਰ ਮੇਰਾ ਬਣਨਾ ਚਾਹੀਦਾ। ਤਾਂ ਹੀ ਫਰੀਦ ਸਾਹਿਬ ਨੇ ਰਸਤਾ ਦਿਖਾ, ਕੱਛ ਸੰਗੀ ਨਹੀਂ ਨਾਨਕ ਸਾਚੀ ਜਾਨ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਿੱਖ ਨੂੰ ਸਮਝਾ ਰਹੇ ਨੇ, ਇਸ ਸੰਪੱਤੀ ਧਨ ਪਰਿਵਾਰ ਵਿੱਚੋਂ ਤੇਰਾ ਕੁਝ ਨਹੀਂ ਹੈ, ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ, ਸਮਝ ਲੈ। ਹੁਣ ਇੱਥੇ ਇੱਕ ਡਰ ਪੈਦਾ ਹੋਇਆ, ਭੈ ਬਣਿਆ, ਭੈ ਦੀ ਅੱਗ ਭੜਕ ਪਈ। ਉਹਦੇ ਬਾਰੇ ਸਾਹਿਬ ਅਗਲੇ ਸਲੋਕ ਵਿੱਚ ਬਚਨ ਕਹਿੰਦੇ, ਪਤਿਤ ਉਦਾਹਰਨ ਭੈ ਹਰਨ। ਕਹਿਣ ਲੱਗੇ ਤੇਰੇ ਭੈ ਨੂੰ ਰੱਬ ਹਰਨ ਕਰ ਲਏਗਾ। ਹਰਨ ਦਾ ਅਰਥ ਚੋਰੀ ਕਰਨਾ, ਹਰ ਲੈਣਾ।
ਹਰਨ ਕਰਨਾ। ਜੇ ਤੂੰ ਵਾਹਿਗੁਰੂ ਦੇ ਚਰਨਾਂ ਨਾਲ ਚਿੱਤ ਜੋੜੇਗਾ ਤਾਂ ਉਹਦੇ ਵਿੱਚ ਤਿੰਨ ਗੁਣ ਨੇ, ਉਹ ਕਿਹੜੇ ਕਿਹੜੇ? ਸਾਹਿਬ ਕਹਿੰਦੇ ਪਤਿਤ ਉਧਾਰਨ। ਪਤਿਤ ਕਹਿੰਦੇ ਨੇ ਪਾਪੀ ਵਿਕਾਰੀ ਮਨੁੱਖ, ਉਹ ਵਿਕਾਰੀਆਂ ਨੂੰ ਵੀ ਉਧਾਰ ਲੈਂਦਾ ਹੈ, ਉਹਨਾਂ ਨੂੰ ਵੀ ਉੱਚਾ ਕਰ ਦਿੰਦਾ, ਉਹਨਾਂ ਨੂੰ ਵੀ ਸੰਤ ਬਣਾ ਦਿੰਦਾ। ਸਾਹਿਬ ਕਹਿੰਦੇ ਪਤਿਤ ਉਧਾਰਨ ਭੈ ਹਰਨ, ਸਾਰੇ ਡਰਾਂ ਨੂੰ ਖਤਮ ਕਰ ਦੇਗਾ। ਹਰ ਅਨਾਥ ਕੇ ਨਾਥ, ਅਨਾਥ ਕਹਿੰਦੇ ਨੇ ਜਿਹਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹ ਰੱਬ ਉਹਨਾਂ ਦਾ ਨਾਥ ਬਣ ਜਾਂਦਾ, ਵਾਰਸ ਬਣ ਜਾਂਦਾ ਜਿਹੜੇ ਬੇਵਾਰਸ ਹੁੰਦੇ ਨੇ ਸੰਸਾਰ ਵਿੱਚ। ਬੇਵਾਰਸ ਦਾ ਮਤਲਬ ਜਿਹੜੇ ਸੰਸਾਰ ਦਾ ਸਹਾਰਾ ਛੱਡ ਕੇ ਉਹਦੇ ਸਹਾਰੇ 'ਤੇ ਜਿਉਣ ਲੱਗ ਪੈਂਦੇ, ਉਹਨਾਂ ਦਾ ਮਾਲਕ ਬਣ ਗਿਆ। ਫਿਰ ਹਜ਼ੂਰ ਕਹਿੰਦੇ ਕਹੋ ਨਾਨਕ ਤੇ ਜਾਨੀ ਹੈ, ਜਿਹਨੂੰ ਸਮਝਾ ਰਹੇ ਨੇ ਉਹਨੇ ਪੁੱਛਿਆ ਫਿਰ ਉਹ ਰੱਬ ਕਿੱਥੇ ਹੈ। ਕਹਿਣ ਲੱਗੇ ਜੇ ਕੋਈ ਉਸਨੂੰ ਜਾਣ ਲਵੇ, ਜੇ ਕੋਈ ਉਸਨੂੰ ਚੰਗੀ ਤਰ੍ਹਾਂ ਪ੍ਰੇਮ ਕਰੇ, ਤਾਂ ਉਹਦੇ ਬਾਰੇ ਹਜ਼ੂਰ ਨੇ ਕਿਹਾ ਸਦਾ ਬਸਤ ਤੁਮ ਸਾਥ, ਉਹ ਸਦਾ ਹੀ ਤੇਰੇ ਨਾਲ ਹੈ। ਵੇਖੋ ਇਹ ਦੋ ਤਿੰਨ ਪੰਕਤੀਆਂ ਵਿੱਚ ਕਿਹਾ ਤੇਰੇ ਨਾਲ ਕੁਝ ਨਹੀਂ ਰਹੇਗਾ, ਤੇਰੇ ਨਾਲ ਕਿਸੇ ਨੇ ਨਹੀਂ ਜਾਣਾ, ਨਾ ਧਨ ਨੇ ਨਾ ਪਰਿਵਾਰ ਨੇ, ਕਿਸੇ ਨੇ ਨਹੀਂ ਜਾਣਾ, ਕੁਝ ਨਹੀਂ ਜਾਏਗਾ, ਕੁਝ ਨਹੀਂ ਜਾਏਗਾ, ਸਭ ਨਾਸ਼ਮਾਨ ਨੇ। ਇੱਥੇ ਆ ਗਈ ਉਦਾਸੀ। ਅੱਗੇ ਸਤਿਗੁਰੂ ਨੇ ਕਿਹਾ ਤੇਰੇ ਨਾਲ ਇੱਕ ਹੈ, ਉਹਨੂੰ ਵੇਖ, ਤੂੰ ਇਕੱਲਾ ਨਹੀਂ, ਸਦਾ ਬਸਤ ਤੁਮ ਸਾਥ, ਤੇਰੇ ਨਾਲ ਬਸਦਾ ਹੈ। ਜਿਹੜਾ ਤੇਰਾ ਸਾਥੀ ਉਹਨੂੰ ਤੂੰ ਭੁਲਾ ਦਿੱਤਾ, ਜੋ ਤੇਰਾ ਨਹੀਂ ਉਹਦੇ ਪਿੱਛੇ ਤੂੰ ਦੌੜਿਆ ਫਿਰਨਾ, ਨਾਲ ਤੇਰੇ ਹੈ, ਤੂੰ ਇਕੱਲਾ ਨਹੀਂ, ਤੇਰਾ ਦੋਸਤ ਤੇਰੇ ਨਾਲ ਹੈ, ਉਹਨੂੰ ਵੇਖ, ਉਹਦੇ ਨਾਲ ਦੋਸਤੀ ਪਾ। ਤੂੰ ਉਹਨਾਂ ਨਾਲ ਦੋਸਤੀ ਪਾਈ ਜੋ ਤੇਰੇ ਨਾਲ ਨਹੀਂ ਤੁਰਨ ਵਾਲੇ, ਉਹਦੇ ਨਾਲ ਮਿੱਤਰਤਾ ਪਾ ਜੋ ਸਦਾ ਬਸਤ ਤੁਮ ਸਾਥ, ਜੋ ਤੇਰੇ ਨਾਲ ਰਹਿੰਦਾ ਹੀ ਹੈ ਔਰ ਨਾਲ ਰਹਿਣ ਵਾਲਾ। ਆਓ ਸਾਧ ਸੰਗਤ ਐਸੇ ਅਕਾਲ ਪੁਰਖ ਦੇ ਚਰਨਾਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੋੜਦੇ ਨੇ। ਇੱਕ ਦੋ ਮਿੰਟਾਂ ਵਾਸਤੇ ਆਪਾਂ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ, ਵਾਹਿਗੁਰੂ ਵਾਹਿਗੁਰੂ।